ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 23 ਫਰਵਰੀ ਦਿਨ ਹੈਗਾ ਜੀ, ਮੰਗਲਵਾਰ, ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਰ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ, 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀ ਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ 9970-279-277-0113, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 5098-374-4541 ਦੇ ਉੱਤੇ। ਇਸ ਦੇ ਨਾਲ ਨਾਲ ਜ਼ੈਂਡਰ ਮੋਰਗੇਜ ਅਤੇ ਰੀਅਲ ਇਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ, ਘਰਾਂ ਦੇ ਲਈ ਲੋਨਸ ਜਿਹੜੇ ਆ ਉਹ ਲੈਣੇ ਹੋਣ, ਰੀਫਾਈਨੈਂਸ ਕਰਵਾਉਣਾ ਹੋਵੇ, ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 5098-825-5555, ਅਤੇ ਇਮੀਗ੍ਰੇਸ਼ਨ ਅਟਰਨੀਜ਼ ਲਾ ਫਰਮ ਟੇਕੀਆਣਾ ਲਾ ਫਰਮ, ਇਹਨਾਂ ਦੇ ਨਾਲ ਇਮੀਗ੍ਰੇਸ਼ਨ ਦਾ ਕੋਈ ਵੀ ਤੁਹਾਡਾ ਮਸਲਾ ਹੋਵੇ ਉਹ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 405-0503 ਦੇ ਉੱਤੇ, 909-0503 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਆਓ ਆਪਣੀਆਂ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਹੁਣ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ। ਅਤੇ ਮਿੰਟੂ ਜੀ, ਗੱਲਬਾਤ ਨੂੰ ਜੇ ਆਪਾਂ ਸ਼ੁਰੂ ਕਰਦੇ ਜਾਈਏ, ਲੱਖਾ ਸਿਧਾਣਾ ਪਹੁੰਚਿਆ ਮਹਿਰਾਜ ਰੈਲੀ ਦੇ ਵਿੱਚ। ਜੀ ਜੀ, ਦੇਖੋ ਸਭ ਤੋਂ ਵੱਡੀ ਖਬਰ ਅੱਜ ਪੰਜਾਬ ਦੀ ਤੇ ਇਹੋ ਹੀ ਸੀਗੀ ਨਾ, ਕਿਉਂਕਿ ਇੱਕ ਬਹੁਤ ਵੱਡਾ ਸਵਾਲ ਸੀਗਾ ਕਿ ਇਕੱਠ ਕਿੱਡਾ ਹੋਊਗਾ, ਤੇ ਦੂਸਰਾ ਨਾਲ ਹੀ ਮਿਲਦਾ ਸਵਾਲ ਸੀਗਾ, ਇਸੇ ਸਵਾਲ ਦਾ ਦੂਸਰਾ ਭਾਗ ਕਹਿ ਸਕਦੇ ਹੋ ਕਿ ਲੱਖਾ ਆਊਗਾ ਕਿ ਨਹੀਂ ਆਊਗਾ, ਕਿਉਂਕਿ ਕਾਲ ਸੀਗੀ। ਤਾਂ ਹੁਣ ਇਹ ਦੋਨੇ ਸਵਾਲ ਜਿਹੜੇ ਸੀਗੇ ਉਹਨਾਂ ਦੇ ਜਵਾਬ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ, ਕਿਉਂਕਿ ਇਕੱਠ ਵੀ ਬਹੁਤ ਭਾਰੀ ਸੀਗਾ, ਬੜਾ ਵੱਡਾ ਚਮਾਵੜਾ ਸੀ, ਹਜ਼ੂਮ ਸੀਗਾ, ਔਰ ਇਸ ਤੋਂ ਇਲਾਵਾ ਕਿ ਲੱਖਾ ਸਿਧਾਣਾ ਵੀ ਉੱਥੇ ਪਹੁੰਚਿਆ। ਦੋਨੇ ਹੀ ਸਵਾਲ ਜਿਹੜੇ ਸੀਗੇ ਉਹ ਸ਼ਾਮ ਹੁੰਦਿਆਂ ਹੁੰਦਿਆਂ, ਸ਼ਾਮ ਕੀ ਲੋਡੇ ਦੇ ਲਈ ਹੱਲ ਹੋ ਗਏ ਜੀ। ਕੁੱਲ ਮਿਲਾ ਕੇ ਇਹ ਦੋਨੇ ਸਵਾਲ ਜਿਹੜੇ ਹਵਾ ਚ ਤੈਰਦੇ ਸੀਗੇ, ਇਹ ਇਸ ਟਾਈਮ ਕਹਿੰਦੋ ਕਿ ਜਵਾਬ ਲੈ ਚੁੱਕੇ ਆ। ਦੂਜੀ ਚੀਜ਼ ਕਿ ਲੱਖੇ ਸਿਧਾਣੇ ਦਾ ਬਾਅਦ ਚ ਕੀ ਹੋਇਆ, ਉਹ ਦੇਖੋ ਹੁਣ ਦੀ ਤਾਰੀਖ ਦੇ ਵਿੱਚ, ਜੇ ਅੱਜ ਦੀ ਤਰੀਕ ਦੇ ਵਿੱਚ ਵੇਖੀਏ ਤਾਂ ਕੁਛ ਵੀ ਨਹੀਂ ਪਤਾ, ਕਿਉਂਕਿ ਇੱਕ ਸਵਾਲ ਇਹ ਵੀ ਸੀਗਾ ਬਾਅਦ ਦੇ ਵਿੱਚ ਕਿ ਕੀ ਲੱਖਾ ਸਿਧਾਣਾ ਆਪਣੀ ਗ੍ਰਿਫਤਾਰੀ ਦੇ ਦਊਗਾ ਉਸ ਤੋਂ ਬਾਅਦ, ਰੈਲੀ ਤੋਂ ਬਾਅਦ ਜਾਂ ਜੋ ਵੀ ਮਹਾਂਪੰਚਾਇਤ ਵਗੈਰਾ, ਤਾਂ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਜਾਂ ਗ੍ਰਿਫਤਾਰੀ ਦੇ ਦਊਗਾ ਜਾਂ ਕਿੱਧਰ ਨੂੰ ਜਾਏਗਾ, ਉਹਦਾ ਹਾਲੇ ਕੋਈ ਪਤਾ ਨਹੀਂ ਲੱਗਿਆ, ਕਿਉਂਕਿ ਭਾਸ਼ਣ ਦਿੱਤਾ ਔਰ ਉਸ ਤੋਂ ਬਾਅਦ ਲੱਖਾ ਸਿਧਾਣਾ ਰਵਾਨਾ ਹੋ ਗਿਆ, ਸਟੇਜ ਦੇ ਪਿੱਛੇ ਆਇਆ ਸੀਗਾ, ਸਟੇਜ ਦੇ ਪਿੱਛੇ ਚੱਲ ਗਿਆ ਆਪਣੇ ਸਮਰਥਕਾਂ ਦੇ ਨਾਲ। ਤਾਂ ਉਹ ਇੱਕ ਜਿਹੜਾ ਸਵਾਲ ਸੀ ਉਹ ਹਾਲ ਦੀ ਘੜੀ ਕਹਿ ਲਓ ਕਿ ਹਾਲੇ ਤੱਕ ਸਪਸ਼ਟ ਹੈ, ਉਹਦਾ ਜਵਾਬ ਕੋਈ ਸਪਸ਼ਟਤਾ ਨਹੀਂ ਹੈ। ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਸੀਗੀ ਕਿ ਭਾਸ਼ਣ ਜਿਹੜਾ ਲੱਖੇ ਸਿਧਾਣੇ ਦਾ ਉਹ ਕੁਛ ਰਲਵਾਂ ਮਿਲਵਾਂ ਸੀਗਾ, ਜੋਸ਼ ਸੀ ਉਹਦੇ ਵਿੱਚ ਕੁਛ ਫਿਕਰਮੰਦੀ ਸੀ, ਉਹਦੇ ਵਿੱਚ ਕੁਛ ਅਪੀਲ ਸੀ, ਕੁਛ ਉਹਦੇ ਵਿੱਚ ਨਿਹੋਰੇ ਸੀਗੇ। ਰਲਵਾਂ ਮਿਲਵਾਂ ਭਾਸ਼ਣ ਉਹ 20-25 ਮਿੰਟ ਦਾ ਹੈਗਾ, ਤੁਸੀਂ ਸੁਣ ਸਕਦੇ ਹੋ, ਤੁਹਾਨੂੰ ਗੂਗਲ ਤੋਂ ਮਿਲ ਜਾਣਾ ਸਾਰਾ ਕਿਤੇ ਵੀ ਪਿਆ ਜੇ ਤੁਸੀਂ ਸੁਣਨਾ। ਪਰ ਮੁੱਖ ਤੌਰ ਤੇ ਇਹੀ ਗੱਲ ਸੀਗੀ ਕਿ ਉਹਨੇ ਇੱਕ ਤੇ ਦਿੱਲੀ ਪੁਲਿਸ ਬਾਰੇ ਉਹ ਗੱਲ ਕਹੀ ਹੈ ਜੋ ਚੜੂਨੀ ਸਾਹਿਬ ਕਹਿ ਚੁੱਕੇ ਆ ਜਾਂ ਕੁਛ ਹੋਰ ਲੀਡਰ ਕਹਿ ਚੁੱਕੇ ਆ ਕਿ ਜੇ ਦਿੱਲੀ ਪੁਲਿਸ ਵਾਲੇ ਆਉਂਦੇ ਆ ਤੇ ਇਹਨਾਂ ਨੂੰ ਘਰਾਓ ਕਰਕੇ ਬਿਠਾਓ ਇਹਨਾਂ ਨੂੰ। ਦੂਜੀ ਚੀਜ਼ ਇਹ ਕਹੀ ਕਿ ਭਾਵੇਂ ਸਾਡੇ ਗੋਲੀਆਂ ਮਾਰ ਦਿਓ, ਜੋ ਮਰਜ਼ੀ ਕਰ ਦਿਓ, ਜੇਲ੍ਹਾਂ 'ਚ ਸੁੱਟ ਦਿਓ, ਕੁਛ ਵੀ ਕਰ ਲਓ, ਅਸੀਂ ਲੜਾਂਗੇ। ਤੇ ਨਾਲ ਕਿਹਾ ਕਿ ਲੜਨ ਵਾਲਿਆਂ ਦਾ ਹੀ ਇਤਿਹਾਸ ਲਿਖਿਆ ਜਾਂਦਾ, ਜੋ ਲੋਕ ਤਲੀਆਂ ਚੱਟਦੇ ਆ ਉਹਨਾਂ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ। ਇਹ ਨਾਲ ਇੱਕ ਨਿਹੋਰਾ ਵੀ ਸੀਗਾ ਵੈਸੇ, ਤੇ ਉਹਨਾਂ ਨੇ ਅੱਜ ਰਾਜੇਵਾਲ ਜੀ ਨੂੰ ਵੀ ਲਾਂਭਾ ਜਿਹਾ ਦਿੱਤਾ ਕਿ ਜਦੋਂ ਵੀ ਤੁਹਾਨੂੰ ਕੋਈ ਮੇਰੇ ਬਾਰੇ ਪੁੱਛਦਾ ਵਾ
ਤੇ ਤੁਸੀਂ ਪਹਿਲਾਂ ਤੇ ਕਹਿੰਦੇ ਸੀਗੇ ਕਿ ਸਰਕਾਰ ਵੇਖੇ, ਸਰਕਾਰ ਆਪਣੇ ਆਪ ਹੀ ਨੇ ਜਿੱਥੇ, ਬਾਅਦ ਦੇ ਵਿੱਚ ਤੁਸੀਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਨੋ ਕਮੈਂਟ। ਪਰ ਮੈਂ ਇਹ ਗੱਲ ਕਹਿਣਾ ਵਾ ਕਿ ਤੁਸੀਂ ਪ੍ਰੋਗਰਾਮ ਦਿਓ, ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਤੋਂ ਕੋਈ ਲਹਿਦਾ ਪ੍ਰੋਗਰਾਮ ਨਹੀਂ ਦੇ ਰਹੇ, ਬਲਕਿ ਮੈਂ ਬਾਹਾਂ ਖੜੀਆਂ ਕਰਾ ਕੇ ਨੌਜਵਾਨਾਂ ਦੀਆਂ ਕਹਿ ਰਿਹਾ ਕਿ ਇਹ ਤੁਹਾਡੇ ਨਾਲ ਕਰੂਗੇ, ਮਤਲਬ ਕਿ ਕੋਈ ਐਸਾ ਪ੍ਰੋਗਰਾਮ ਦਿਓ। 26 ਤਰੀਕ ਨੂੰ ਵੈਸੇ ਉਹਨੇ ਫਾਈਨਲੀ ਕਹਿ ਵੀ ਦਿੱਤਾ ਲੱਖੇ ਸਿਧਾਣੇ ਨੇ ਕਿ ਜਿਸ ਤਰ੍ਹਾਂ ਯੂਥ ਨੂੰ ਉਹ ਦਿਨ ਡੈਡੀਕੇਟ ਕਰ ਰਹੇ ਨੇ ਕਿ ਉੱਥੇ ਜਾਣਾ, ਸਭ ਨੇ ਜਾਣਾ, ਤਾਂ ਸਭ ਨੇ ਇਕਰਾਰ ਵੀ ਕੀਤਾ, ਕਾਲ ਵੀ ਕੀਤਾ ਕਿ ਅਸੀਂ ਜਾਵਾਂਗੇ ਉੱਥੇ। ਪਰ ਉਸ ਤੋਂ ਪਹਿਲਾਂ ਨਿਹੋਰਾ ਮਾਰ ਕੇ ਕਿਹਾ, ਮਤਲਬ ਇਹ ਅਹਿਸਾਸ ਕਰਵਾਇਆ ਕਿ ਤੁਸੀਂ ਮੈਨੂੰ ਬੇਗਾਨਗੀ 'ਚ ਧੱਕ ਦਿੱਤਾ, ਬੇਗਾਨਗੀ 'ਚ ਸੁੱਟ ਦਿੱਤਾ, ਬੇਗਾਨਾ ਕਰ ਦਿੱਤਾ, ਪਰ ਅਸੀਂ ਜੋ ਕਰ ਰਹੇ ਹਾਂ ਉਹ ਕੋਈ ਅਲੈਦਾ ਪ੍ਰੋਗਰਾਮ ਦੇ ਕੇ ਨਹੀਂ ਕਰ ਰਹੇ। ਕਿਉਂਕਿ ਥੱਲੇ ਇੱਕ ਆਵਾਜ਼ ਆਈ ਜਦੋਂ ਭਾਸ਼ਣ 18 ਮਿੰਟ 'ਚ ਮੇਰੇ ਖਿਆਲ ਨਾਲ, ਮੇਰਾ ਅੰਦਾਜ਼ਾ, ਮੈਂ ਕੋਈ ਐਗਜੈਕਟ ਟਾਈਮ ਨਹੀਂ ਪਾਉਣ ਦੀ ਪੋਜੀਸ਼ਨ 'ਚ, ਤਾਂ ਕਿਸੇ ਨੇ ਥੱਲਿਓ ਕਿਹਾ ਕਿ ਕੋਈ ਪ੍ਰੋਗਰਾਮ ਦਿਓ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ ਕਿ ਆਮ ਤੌਰ 'ਤੇ ਹੁੰਦਾ ਕਿ ਬਹੁਤ ਵੱਡਾ ਇਕੱਠ ਹੋ ਜਾਂਦਾ, ਤਾਂ ਉੱਥੇ ਪ੍ਰੋਗਰਾਮ ਕੀ ਦਿੱਤਾ ਜਾਣਾ, ਉਹ ਵੀ ਇੱਕ ਬਹੁਤ ਉਤਸੁਕਤਾ ਵਾਲਾ ਕੰਮ ਹੁੰਦਾ। ਤਾਂ ਇੱਥੇ ਫਿਰ ਲੱਖੇ ਸਿਧਾਣੇ ਨੇ ਸਾਫ਼ ਕਰ ਦਿੱਤਾ, ਉਹਨੇ ਆਖਿਆ ਮੇਰੇ ਪਿਆਰਿਆ ਅਲੱਗ ਪ੍ਰੋਗਰਾਮ ਨਹੀਂ ਦੇਣਾ, ਜੇ ਅਸੀਂ ਅਲੱਗ ਪ੍ਰੋਗਰਾਮ ਦੇ ਦਿੱਤਾ, ਅੱਡ ਪ੍ਰੋਗਰਾਮ ਦੇ ਦਿੱਤਾ, ਅਸੀਂ ਦੁਫਾੜ ਹੋ ਜਾਵਾਂਗੇ, ਸਰਕਾਰ ਨੂੰ ਸਿੱਧਾ ਮੈਸੇਜ ਜਾਏਗਾ, ਸਾਡੇ ਏਕੇ ਦੇ ਵਿੱਚ ਹੀ, ਸਾਡੇ ਜ਼ਾਬਤੇ ਦੇ ਵਿੱਚ ਹੀ ਜਿੱਤ ਦਾ ਮੰਤਰ ਆ। ਤਾਂ ਲੱਖੇ ਸਿਧਾਣੇ ਨੇ ਕੋਈ ਐਕਸਟਰਾ ਪ੍ਰੋਗਰਾਮ ਨਹੀਂ ਦਿੱਤਾ, ਜਿਹਦੀ ਕਿ ਕਿਤੇ ਨਾ ਕਿਤੇ ਪੱਤਰਕਾਰਤਾ ਦੀ ਸਫ਼ਾ ਦੇ ਵਿੱਚ ਕਹਿ ਲਓ ਜਾਂ ਸਿਆਸਤਦਾਨਾਂ ਦੇ ਖਿਆਲਾਤ ਜਿਹੜੇ ਸੀ ਉਹਨਾਂ ਦੇ ਵਿੱਚ ਕਹਿ ਲਓ ਕਿ ਇੱਕ ਪ੍ਰਵਾਹ ਚੱਲ ਰਿਹਾ ਸੀਗਾ ਕਿ ਸ਼ਾਇਦ ਲੱਖਾਂ ਸਿਧਾਣਾ ਉੱਥੇ ਕੋਈ ਅਲੱਗਾ ਪ੍ਰੋਗਰਾਮ ਦੇ ਦੇਵੇ, ਮਸਲਨ ਕਿ ਪੈਰਲਲੀ ਕੋਈ ਇੱਕ ਪ੍ਰੋਗਰਾਮ ਦੇ ਦਿੱਤਾ ਜਾਵੇ। ਪਰ ਉਹਨਾਂ ਨੇ ਕਿਹਾ ਕਿ ਇਹ ਸਾਂਝੇ ਕਿਸਾਨ ਮੋਰਚੇ ਦੇ ਝੰਡੇ ਹੇਠ ਹੀ ਦਿੱਤਾ ਪ੍ਰੋਗਰਾਮ ਆ, ਮਤਲਬ ਕਿ ਅਸੀਂ ਉੱਥੇ ਲੜਾਈ ਦੇ ਇੱਕ ਕਹਿ ਲਓ ਕਿ ਕੜੀ ਦੇ ਤਹਿਤ ਹੀ ਪ੍ਰੋਗਰਾਮ ਆਯੋਜਿਤ ਕੀਤਾ, ਹੋਰ ਸਾਡਾ ਕੋਈ ਮਕਸਦ ਨਹੀਂ ਹੈ। ਤਾਂ ਗੱਲਾਂ ਸੁਲਝੀਆਂ ਕੀਤੀਆਂ, ਕੋਈ ਤੱਤਾ ਬੋਲ ਨਹੀਂ ਬੋਲਿਆ, ਕੋਈ ਖਰਵਾ ਬੋਲ ਨਹੀਂ ਬੋਲਿਆ। ਵੈਸੇ ਉੱਥੇ ਕੁਛ ਬੁਲਾਰੇ ਜ਼ਰੂਰ ਬੋਲੇ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਪ੍ਰਤੀ, ਪਰ ਬਹੁਤਾ ਕੁਛ ਜ਼ਿਆਦਾ ਤਲਖੀ ਵਾਲਾ ਮਾਹੌਲ ਨਹੀਂ ਸੀ। ਜਿਸ ਤਰ੍ਹਾਂ ਇੱਕ ਉਮੀਦ ਲਾਈ ਜਾ ਰਹੀ ਸੀਗੀ, ਜਿਸ ਤਰ੍ਹਾਂ ਇੱਕ ਕਿਆਸਾ ਰਾਈ ਸੀਗੀ ਕਿ ਬਹੁਤ ਕੜਵੇ ਬੋਲ, ਜਿਹਨੂੰ ਆਪਾਂ ਕਹਿ ਦਿੰਦੇ ਕੜੱਤਣ ਵਾਲੇ ਬੋਲ, ਕੌੜੇ ਬੋਲ ਸਾਨੂੰ ਉੱਥੋਂ ਸੁਣਾਈ ਦੇ ਸਕਦੇ ਆ, ਵਿਖਾਈ ਦੇ ਸਕਦੇ ਆ, ਪਰ ਐਸਾ ਕੁਛ ਨਹੀਂ ਹੋਇਆ। ਐਸਾ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕੋਈ ਬੋਲ ਜਿਹਨੂੰ ਆਪਾਂ ਕੰਟਰੋਵਰਸ਼ਲ ਬਹੁਤ ਜ਼ਿਆਦਾ ਕਹੀਏ, ਤਾਂ ਨਾ ਹੀ ਮੀਡੀਆ ਨੇ ਚੁੱਕਿਆ। ਹਾਲਾਂਕਿ ਮੀਡੀਆ 'ਤੇ ਵੀ ਗਿਲਾ ਜਿਤਾਇਆ ਲੱਖੇ ਸਿਧਾਣੇ ਨੇ, ਉਹਨੇ ਆਖਿਆ ਕਿ ਗੋਦੀ ਮੀਡੀਆ ਜਿਹੜਾ ਉਹ ਤਾਂ ਸਾਨੂੰ ਬਦਨਾਮ ਕਰ ਹੀ ਕਰ ਰਿਹਾ, ਪਰ ਨਾਲ ਪੰਜਾਬੀ ਮੀਡੀਆ ਦਾ ਇੱਕ ਹਿੱਸਾ ਵੀ ਸਾਨੂੰ ਬਹੁਤ ਜ਼ਿਆਦਾ ਭੰਡਦਾ, ਖਾਸ ਤੌਰ 'ਤੇ ਮੇਰੇ 'ਤੇ ਬਹੁਤ ਜ਼ਿਆਦਾ ਨੈਗੇਟਿਵ ਰਿਪੋਰਟਿੰਗ ਕਰਦਾ, ਉਹਦਾ ਜ਼ਿਕਰ ਵੀ ਕਰ ਦਿੱਤਾ PTC ਦਾ, ਡੇਲੀ ਪੋਸਟ ਦਾ, ਔਰ ਕੁਛ ਲੋਕਾਂ ਨੇ ਉੱਥੇ ਜੋ ਉਹਨਾਂ ਦੇ ਖੜੇ ਸੀਗੇ ਪੱਤਰਕਾਰ ਉਹਨਾਂ ਦੇ ਨਾਲ ਕੋਈ ਕਹਾ ਸੁਣੀ ਕੀਤੀ, ਕੋਈ ਉਹਨਾਂ ਦੀ ਕੋਈ ਤਲਖ ਕਲਾਮੀ ਹੋਈ ਥੋੜ੍ਹੀ ਬਹੁਤੀ, ਪਰ ਉੱਥੇ ਵਰਜ ਦਿੱਤਾ ਲੱਖੇ ਸਿਧਾਣੇ ਨੇ ਕਿ ਨਹੀਂ, ਇਹ ਮੁਲਾਜ਼ਮ ਨੇ, ਮੁਲਾਜ਼ਮਤ ਕਰਨ ਵਾਲੇ ਲੋਕ ਨੇ, ਇਹਨਾਂ ਦਾ ਕੀ ਕਸੂਰ ਹੈ, ਉਹਨਾਂ ਦੀਆਂ ਪਾਲਿਸੀਆਂ ਅਲੱਗ ਨੇ। ਸੋ ਉਹ ਵੀ ਵਧੀਆ ਠੀਕ ਹੈ ਗੱਲ ਕਿ ਹੇਠਲੇ ਪੱਧਰ 'ਤੇ ਦੇਖੋ ਗੁੱਸੇ ਦਾ ਸ਼ਿਕਾਰ ਵਿਚਾਰਾ ਆਮ ਸਟਿੰਗਰ ਜਾਂ ਰਿਪੋਰਟਰ ਹੁੰਦਾ ਜਿਹੜਾ ਰੋਜ਼ੀ ਰੋਟੀ ਦੀ ਤਲਾਸ਼ ਕਰਦਾ, ਜਿਹੜੇ ਸੰਪਾਦਕੀ ਬੋਰਡ 'ਚ ਬੈਠੇ ਹੁੰਦੇ ਉਹਨਾਂ ਦੇ ਤਾਂ ਵੱਡੇ ਪੈਕੇਜ ਹੁੰਦੇ ਆ, ਜਿਹੜੇ ਪਾਲਿਸੀ ਮੇਕਰ ਹੁੰਦੇ ਆ ਵੱਡੇ ਮੀਡੀਆ ਆਊਟਲੈਟ ਦੇ, ਵੱਡੇ ਮੀਡੀਆ ਅਦਾਰਿਆਂ ਦੇ। ਇਹ ਚੀਜ਼ ਸਮਝਣ ਦੀ ਜ਼ਰੂਰਤ ਆ, ਸਾਡੇ ਲੋਕ ਗੁੱਸਾ ਜਿਹੜਾ ਹੇਠਲੇ ਪੱਧਰ 'ਤੇ ਗਰਾਊਂਡ ਲੈਵਲ 'ਤੇ ਜਿਹੜਾ ਇੱਕ ਵਰਕਰ ਹੁੰਦਾ ਉਹਨਾਂ ਵਰਗਾ ਉਹਦੇ 'ਤੇ ਕੱਢ ਦਿੰਦੇ ਆ ਜ਼ਿਆਦਾ। ਖੈਰ ਚਲੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਗੁੱਸੇ ਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਹਿ ਲਓ ਇੱਕ ਤਰ੍ਹਾਂ ਨਾਲ ਹੜ ਆਇਆ ਪਿਆ, ਗੁੱਸੇ ਦਾ ਸਮੁੰਦਰ ਹੈ ਜਿਹੜਾ ਉਹ ਕੰਢੇ ਤੋੜ ਕੇ ਬਾਹਰ ਆ ਜਾਂਦਾ ਕਈ ਵਾਰ। ਖੈਰ ਜੇ ਆਪਾਂ ਹੁਣ ਇਹਦੇ ਵਿੱਚੋਂ ਕੁਛ ਚੀਜ਼ਾਂ ਇਹ ਵੇਖਣੀਆਂ ਹੋਣ ਕਿ ਇੱਕ ਤੇ ਆ ਕਿ ਲੱਖੇ ਸਿਧਾਣੇ ਨੇ ਵੀ ਸ਼ਕਤੀ ਪ੍ਰਦਰਸ਼ਨ ਕਰ ਦਿੱਤਾ, ਇਹਦਾ ਮਤਲਬ ਤਾਂ ਇਹ ਹੋਆ, ਔਰ ਉਸ ਸ਼ਕਤੀ ਪ੍ਰਦਰਸ਼ਨ ਨੂੰ ਜੇ ਆਪਾਂ ਇਕੱਠ ਦੇ ਪੈਮਾਨੇ ਤੇ ਤੋਲੀਏ ਤਾਂ ਬਹੁਤ ਵੱਡਾ ਹੈ, ਬਹੁਤ ਵੱਡਾ ਅਹਿਸਾਸ ਕਰਾ ਦਿੱਤਾ। ਹੁਣ ਇਸ ਇਕੱਠ ਨੂੰ ਭੁਗਤਾਇਆ ਕਿਵੇਂ ਜਾਂਦਾ, ਕਿਉਂਕਿ ਲੱਖੇ ਸਿਧਾਣੇ ਨੇ ਆਪਣਾ ਮੋਟਿਵ ਜਿਹੜਾ ਆ ਉਹ ਸਾਫ਼ ਕਰ ਦਿੱਤਾ, ਮੰਤਵ ਸਾਫ਼ ਕਰ ਦਿੱਤਾ, ਉਹਨਾਂ ਦਾ ਮੋਟਿਵ ਜਿਹੜਾ ਆ ਉਹ ਸਾਫ਼ ਤੌਰ 'ਤੇ ਦਿਖਾਈ ਦਿੰਦਾ ਕਿ ਅਸੀਂ ਕੁਛ ਅਲੈਦਾ ਨਹੀਂ ਚੱਲ ਰਹੇ, ਮੰਤਵ ਸਾਫ਼ ਦਿਖਾਈ ਦਿੰਦਾ, ਪਰ ਉਹਨੂੰ ਭੁਗਤਾਇਆ ਕਿਵੇਂ ਜਾਂਦਾ ਇੱਕ ਵੱਡਾ ਸਵਾਲ ਆ। ਦੂਜੀ ਚੀਜ਼ ਜਿਹੜੀ ਆ ਦੇਖੋ ਕਿ ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਇਹ ਜਿਹੜੀਆਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਰੈਲੀਆਂ ਹੋ ਰਹੀਆਂ ਨੇ, ਮੈਂ ਇਮਾਨਦਾਰੀ ਨਾਲ ਕਹਾਂ ਤਾਂ ਇੱਥੇ ਸਿਆਸਤਦਾਨਾਂ ਦੇ ਬੁੱਲਾਂ ਤੇ ਸਿੱਕਰੀ ਲਿਆ ਰਹੀਆਂ ਨੇ ਜੋ ਰੈਲੀਆਂ ਹੋ ਰਹੀਆਂ। ਹਾਲਾਂਕਿ ਇਹਨਾਂ ਦਾ
ਜੇ ਆਪਾਂ ਵਿਆਪਕਤਾ ਜਿਹਨੂੰ ਆਪਾਂ ਪਸਾਰ ਕਹਿੰਦੇ ਹਾਂ ਕਿਸੇ ਐਜੂਕੇਸ਼ਨ ਦਾ, ਕਿ ਉਹ ਪਸਾਰ ਬਹੁਤ ਤੇਜ਼ੀ ਨਾਲ ਅੱਗੇ ਫੈਲਦਾ, ਜਿਵੇਂ ਕੋਈ ਦਰਿਆ ਚੜ੍ਹਦਾ ਛੂਕਦਾ ਜਾਂਦਾ, ਉਹ ਫਿਰ ਜਿੱਧਰ ਨੂੰ ਵੀ ਚਾਹੇ ਤਾਂ ਰਸਤਾ ਬਣਾ ਲੈਂਦਾ। ਤਾਂ ਇਸ ਤਰ੍ਹਾਂ ਜਿਹੜਾ ਇੱਕ ਪਸਾਰ ਹੁੰਦਾ ਐਜੂਕੇਸ਼ਨ ਦਾ, ਉਹਦੇ ਵਿੱਚ ਇਹਨਾਂ ਰੈਲੀਆਂ ਦਾ ਰੋਲ ਰਹੇ ਜਾਂ ਨਾ ਰਹੇ, ਪਰ ਇਸ ਵੇਲੇ ਸਿਆਸੀ ਸਰਗੋਸ਼ੀਆਂ ਜਿਹੜੀਆਂ ਉਹ ਜ਼ਰੂਰ ਕੇਂਦਰਿਤ ਨੇ ਇਹਨਾਂ ਤੇ, ਜ਼ਰੂਰ ਕੇਂਦਰਿਤ ਨੇ। ਮੈਂ ਜਿਵੇਂ ਕਹਿ ਰਿਹਾ ਕਿ ਸਿਆਸਤਦਾਨਾਂ ਜਿਹੜੀਆਂ ਖਾਸ ਤੌਰ ਤੇ ਉਹਨਾਂ ਨੇ ਆਪਣੀਆਂ ਸੁਫਨ ਸਰਾਹੀਆਂ ਜਿਹੜੀਆਂ ਭਰੀਆਂ ਹੁੰਦੀਆਂ ਨੇ ਕਿ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਤਾਂ ਉਹਨਾਂ ਨੂੰ ਜ਼ਰੂਰ ਠੁੱਡਾ ਵੱਜਦਾ ਨਜ਼ਰ ਆ ਰਿਹਾ। ਜਿਵੇਂ ਉਹ ਗਰਾਹਾਂ ਵਾਲਿਆਂ ਦੀ ਰੈਲੀ ਸੀ ਜਿਹੜੀ, ਉਹ ਤਾਂ ਬਹੁਤ ਵੱਡਾ ਇਕੱਠ ਸੀਗਾ। ਇਹ ਜਿਹੜਾ ਇਕੱਠ ਆ, ਇਹ ਵੀ ਘੱਟ ਨਹੀਂ ਹੈ, ਇਹ ਵੀ ਬਹੁਤ ਵੱਡਾ ਇਕੱਠ ਆ। ਬਰਨਾਲੇ ਤੋਂ ਪਹਿਲਾਂ ਜੇ ਆਪਾਂ ਜਗਰਾਓ ਚ ਵੇਖਿਆ, ਉਹ ਵੀ ਬੜਾ ਜ਼ਬਰਦਸਤ ਇਕੱਠ ਸੀ। ਤਾਂ ਇਹਦਾ ਮਤਲਬ ਇਹ ਹੈ ਕਿ ਲੋਕ ਇਸ ਐਜੀਟੇਸ਼ਨ ਦੇ ਨਾਲ ਨੇ ਹਾਲੇ ਵੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣ ਜਾ ਰਿਹਾ ਉਹ ਇਹ ਆ ਕਿ ਬੇਸ਼ੱਕ ਯੂਥ ਨੇ ਕੁਛ, ਆਪਾਂ ਜੇ ਦੇਖੀਏ 5-7 ਸਾਲਾਂ ਦੇ ਵਿੱਚ, ਕਿ ਸਿਆਸੀ ਲਹਿਰਾਂ ਜਿਹੜੀਆਂ ਉੱਠੀਆਂ ਉਹਨਾਂ ਤੋਂ ਵੀ ਨਮੋਸ਼ੀ ਚੱਲੀ, ਨਿਰਾਸ਼ਗੀ ਉਹਨਾਂ 'ਚ ਫੈਲੀ ਪਸਰੀ। ਪਰ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਆ ਜਿਹੜਾ ਸਮਾਜਿਕ ਘੋਲ, ਜਿਹੜਾ ਕਿ ਯੂਥ ਮੰਨ ਲਓ ਕਿ 20-25 ਸਾਲ ਦੀ ਏਜ ਦਾ, ਉਹਨਾਂ ਦੀ ਜ਼ਿੰਦਗੀ 'ਚ ਸ਼ਾਇਦ ਇਹ ਪਹਿਲਾ ਘੋਲ ਸੀਗਾ, ਤਾਂ ਉਹਦੇ 'ਚ ਵੀ ਕਿਤੇ ਨਾ ਕਿਤੇ ਡਾਊਨਫਾਲ ਆਇਆ ਇੱਕ ਮੌਕੇ ਤੇ। ਪਰੰਤੂ ਉਸ ਤੋਂ ਬਾਅਦ ਵੀ ਮਗਰੋਂ ਵੀ ਏਡਾ ਵੱਡਾ ਨੌਜਵਾਨਾਂ ਦਾ ਇਕੱਠ ਹੋ ਜਾਣਾ, ਕਿਉਂਕਿ ਬਹੁਤਾਤ ਨੌਜਵਾਨਾਂ ਵੀ ਸੀ ਇਸ ਇਕੱਠ 'ਚ, ਬਜ਼ੁਰਗ ਵੀ ਸੀਗੇ, ਇਸ ਤੋਂ ਇਲਾਵਾ ਬੀਬੀਆਂ ਵੀ ਸੀਗੀਆਂ, ਬੱਚੇ ਵੀ ਸੀਗੇ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇੱਕ ਐਸੀ ਸੋਚਣੀ ਕਿਤੇ ਨਾ ਕਿਤੇ ਸੀਗੀ ਚਿੰਤਨ ਦੇ ਵਿੱਚ, ਕਿਤੇ ਨਾ ਕਿਤੇ ਫਿਕਰਾਂ ਦੇ ਵਿੱਚ, ਕਿ ਆਉਣ ਵਾਲੇ ਸਮੇਂ 'ਚ ਯੂਥ ਇੱਕ ਐਸਾ ਤਬਕਾ ਜਿਹੜਾ ਯੂਥ ਦਾ, ਕਿ ਉਹ ਨਿਰਾਸ਼ ਹੋ ਕੇ ਜਿਹੜਾ ਸੋਚੇ ਕਿ ਯਾਰ ਕੱਖ ਨਹੀਂ ਬਣਦਾ, ਨਾ ਸਮਾਜੀ ਲਹਿਰਾਂ 'ਚ ਨਾ ਸਿਆਸੀ ਲਹਿਰਾਂ 'ਚ, ਉਹ ਘਰੇ ਨਾ ਬੈਠ ਜਾਵੇ, ਤਾਂ ਉਹ ਘਰੇ ਨਹੀਂ ਬੈਠਿਆ। ਇਹ ਗੱਲ ਠੀਕ ਆ ਕਿ ਕਿਸੇ ਦਾ ਲੀਡਰ ਰਾਜੋਵਾਲ ਆ, ਰਾਜੇਵਾਲ ਆ, ਕਿਸੇ ਦਾ ਲੀਡਰ ਲੱਖੋਵਾਲ ਆ, ਕਿਸੇ ਦਾ ਲੀਡਰ ਹੋ ਸਕਦਾ ਏਕਤਾ ਉਗਰਾਹਾਂ ਵਾਲੇ ਹੋਣ, ਕਿਸੇ ਦਾ ਲੀਡਰ ਉਹ ਮੰਨ ਰਹੇ ਹੋਣ ਕਿ ਸਾਡਾ ਲੱਖਾ ਸਿਧਾਨਾ ਹੈ, ਤਾਂ ਕੁੱਲ ਮਿਲਾ ਕੇ ਮੈਦਾਨ ਦੇ ਵਿੱਚ ਜ਼ਰੂਰ ਨੇ। ਜੇ ਆਪਾਂ ਇਹ ਇੱਕ ਚੰਗਾ ਸਾਈਨ ਦੇਖਣਾ ਹੋਵੇ ਇਸ ਮਾਮਲੇ ਦੇ ਵਿੱਚ, ਇੱਕ ਚੰਗਾ ਸੰਕੇਤ ਭਾਲਣਾ ਹੋਵੇ, ਤਾਂ ਇਹ ਮਿਲਦਾ ਕਿ ਯੂਥ ਹਾਲੇ ਵੀ ਐਨਰਜੈਟਿਕ ਆ, ਯੂਥ ਹਾਲੇ ਊਰਜਾਵਾਨ ਆ, ਉਹਦੇ 'ਚ ਊਰਜਾ ਦਾ ਸੰਚਾਰ ਹੈ, ਹਾਲੇ ਵੀ ਉਹ ਇਸ ਲੜਾਈ ਦੇ ਨਾਲ ਜੁੜਿਆ। ਬੇਸ਼ੱਕ ਠੀਕ ਆ, ਥੋੜੇ ਤੌਖਲੇ ਨੇ ਉਹਨਾਂ ਦੇ ਮਨਾਂ ਦੇ ਵਿੱਚ, ਥੋੜੇ ਗਿਲੇ ਸ਼ਿਕਵੇ ਵੀ ਹੋ ਸਕਦੇ ਆ, ਪਰ ਉਹ ਇਸ ਲੜਾਈ ਦੇ ਨਾਲ ਜੁੜਿਆ। ਹੁਣ ਇਹ ਜ਼ਿੰਮੇਵਾਰੀ ਬਣਦੀ ਹੈ ਫਿਰ ਇਹਨਾਂ ਲੀਡਰਾਂ 'ਤੇ, ਚਾਹੇ ਉਹ ਲੱਖਾ ਸਿਧਾਨਾ ਹੋਵੇ, ਚਾਹੇ ਕੋਈ ਵੀ ਆ, ਕਿ ਜਦੋਂ ਉਹ ਸੋਚਦੇ ਆ ਕਿ ਇਹ ਹੋਣ ਦੀ ਲੜਾਈ ਆ, ਵਜੂਦ ਦੀ ਲੜਾਈ ਆ, ਜਿਹੜਾ ਕਿ ਅੱਜ ਵੀ ਉਹਨਾਂ ਨੇ ਉਹ ਤਕੀਆ ਕਲਾਮ ਬੋਲਿਆ ਵਾ, ਤਾਂ ਫਿਰ ਇਹਨਾਂ ਨੂੰ ਕਿਵੇਂ ਇਸਤੇਮਾਲ ਕਰਨਾ, ਸਹੀ ਦਿਸ਼ਾ ਕਿਵੇਂ ਪ੍ਰਦਾਨ ਕਰਨੀ ਹੈ। ਕਿਉਂਕਿ ਦੇਖੋ, ਜਿਹੜੇ ਲੋਕ ਹਿੰਸਾ ਦੀ ਵਕਾਲਤ ਕਰਦੇ ਆ, ਅੱਜ ਉਹੀਓ ਲੋਕ ਸ਼ਾਂਤਮਈ ਢੰਗ ਦੇ ਨਾਲ ਰਿਹਾਈ ਮੰਗ ਰਹੇ ਆ, ਕਿਹਨਾਂ ਲੋਕਾਂ ਦੀ, ਜਿਹੜੇ ਹਿੰਸਾ ਦੇ ਦੋਸ਼ ਦੇ ਵਿੱਚ ਅੰਦਰ ਆ। ਇਹ ਚੀਜ਼ ਸਮਝ ਲੈਣੀ ਚਾਹੀਦੀ ਆ। ਲੱਖੇ ਨੇ ਵੀ ਇਹੋ ਗੱਲ ਇਨਡਾਇਰੈਕਟਲੀ ਕਹੀ ਆ ਕਿ ਦੇਖੋ, ਆਪਾਂ ਉਦੋਂ ਹੀ ਜਿੱਤ ਸਕਦੇ ਜਦੋਂ ਆਪਣੇ 'ਚ ਏਕਤਾ ਜਾਂ ਜਾਪਦਾ। ਤਾਂ ਇਹ ਚੀਜ਼ ਸਾਰਿਆਂ ਨੂੰ ਸਮਝਣੀ ਪਵੇਗੀ ਕਿ ਏਕਤਾ ਤੇ ਜਾਪਦਾ, ਇਹਦੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਹਿੰਸਾ ਤੋਂ ਬਚਾਅ ਕਰਨਾ ਪਏਗਾ। ਤੁਹਾਨੂੰ ਖੁਦ ਨੂੰ ਹੀ ਨਹੀਂ, ਸਗੋਂ ਹਿੰਸਾ ਕੋਈ ਸਾਜਿਸ਼ ਨਾ ਕਰ ਜਾਵੇ, ਤੁਹਾਨੂੰ ਉਹਦੇ ਤੋਂ ਵੀ ਅੰਦੋਲਨ ਬਚਾਉਣਾ ਪਏਗਾ। ਸੋ ਇਹ ਆਖਰੀ ਮੇਰੇ ਖਿਆਲ ਦੇ ਨਾਲ ਹੱਲਾ ਹੈ। ਜੇ ਇਹਦੇ ਵਿੱਚੋਂ ਨਿਕਲ ਗਏ ਅੰਦੋਲਨ, ਤਾਂ ਰਫਤਾਰ ਫਿਰ ਫੜੀ ਜਾਊਗੀ, ਕਿਉਂਕਿ ਲੱਖੇ ਸਿਧਾਨੇ ਹੋਰਾਂ ਨੇ ਜਿਸ ਤਰ੍ਹਾਂ ਕਿਹਾ ਕਿ 26 ਨੂੰ ਆਪਾਂ ਫਿਰ ਦਿੱਲੀ ਚੱਲਾਂਗੇ, ਜੇ ਇਹੋ ਜਿਹੀ ਤਾਦਾਦ ਫਿਰ ਇੱਕੇਦਮ, ਮਤਲਬ ਕਿ ਇੱਕ ਲਹਿਰ ਪਿੱਛੋਂ ਜਾ ਰਲਦੀ ਅਗਲੇ ਪਾਣੀ ਦੇ ਨਾਲ, ਤੇ ਪਾਣੀ ਫਿਰ ਬਹੁਤ ਤਾਂ ਨੂੰ ਚੜ ਜਾਏਗਾ, ਇਹਦਾ ਤਾਂ ਮਤਲਬ ਇਹੋ ਨਿਕਲਦਾ। ਖੈਰ, ਦੂਜੀ ਗੱਲ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਇਹੋ ਆ, ਜਿਹੜੀ ਚੰਗੀ ਇੱਕ ਵੇਖਣ ਨੂੰ ਮਿਲੀ ਆ ਕਿ ਇਸ ਤੋਂ ਬਾਅਦ ਜੇ ਆਪਾਂ ਲੱਖੇ ਸਿਧਾਨੇ ਦੇ ਇਸ ਪ੍ਰੋਗਰਾਮ ਤੋਂ ਬਾਅਦ ਦੇਖੀਏ, ਤਾਂ ਹਾਲ ਦੀ ਘੜੀ ਕੋਈ ਐਸੀ ਗਤੀਵਿਧੀ ਨਹੀਂ ਵੇਖਣ ਨੂੰ ਮਿਲੀ। ਜਿਵੇਂ ਸੋਸ਼ਲ ਮੀਡੀਆ ਤੇ ਆਪਾਂ ਆਮ ਤੌਰ ਤੇ ਇੱਕ ਜਾਬਾਂ ਦਾ ਭੇੜ ਦੇਖਦੇ ਹਾਂ ਕਿ ਆਹ ਲੈ ਵੱਜੀ ਚਪੇੜ, ਕੁਛ ਹੈ ਥੋੜਾ ਬਹੁਤਾ, ਪਰ ਇੰਨਾ ਜ਼ਿਆਦਾ ਟਕਰਾਅ ਨਹੀਂ ਹੈ ਸੋਸ਼ਲ ਮੀਡੀਆ ਤੇ। ਇਹ ਇੱਕ ਚੰਗੀ ਚੀਜ਼ ਵੇਖਣ ਨੂੰ ਮਿਲੀ ਆ। ਠੀਕ ਆ, ਕੋਈ ਵਕਾਲਤ ਕਰ ਰਹੇ ਆਪਣੇ ਇਕੱਠ ਨੂੰ ਦਰਸਾ ਰਹੇ, ਖੇਤਰੀ ਨਿਸ਼ਾਨਾਂ ਨੂੰ ਦਰਸਾ ਰਹੇ, ਉਹ ਹੈ ਆਪਣੇ ਪੱਧਰ ਤੇ, ਚਲੋ ਖੁਸ਼ੀ ਦਾ ਇਜ਼ਹਾਰ ਆ। ਪਰ ਜਿਹੜਾ ਇੱਕ ਭੇੜ ਪਿਛਲੇ ਦਿਨ ਹੀ ਸਾਨੂੰ ਵੇਖਣ ਨੂੰ ਮਿਲਿਆ ਸੀ, ਯਾਨੀ ਭੇੜ ਕਹਿੰਦਾ ਕਿ ਮੁੱਠ ਭੇੜ ਹੀ ਹੋ ਰਹੀ ਸੀ ਸੋਸ਼ਲ ਮੀਡੀਆ ਦੇ ਸ਼ਬਦਾਂ ਵੀ, ਤਾਂ ਉਹਦੇ 'ਚ ਵੀ ਥੋੜੀ ਜਿਹੀ ਕਿਤੇ ਨਾ ਕਿਤੇ ਗਿਰਾਵਟ ਆ, ਥੋੜੀ ਜਿਹੀ ਰੁਕਾਵਟ ਆ। ਤਾਂ ਇਸ ਤਰ੍ਹਾਂ ਥੋੜੇ ਜਿਹੇ ਅੰਸ਼ ਹੈਗੇ ਆ, ਥੋੜੀਆਂ ਜਿਹੀਆਂ ਜੇ ਆਪਾਂ ਦੇਖੀਏ
ਇਹ ਗਤੀਵਿਧੀਆਂ ਹੈਗੀਆਂ ਅੱਜ ਦੀਆਂ ਇਸ ਪ੍ਰੋਗਰਾਮ ਦੀਆਂ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਵੇਂ ਮੈਂ ਕਿਹਾ ਕਿ ਸਿਆਸਤਦਾਨ ਵੀ ਕਿਤੇ ਨਾ ਕਿਤੇ ਜਿੱਦਾਂ ਕਹਿ ਲਈਏ ਕਿ ਬੁੱਲ ਟੁੱਕਦੇ ਪਏ ਆ ਕਿ ਕੀ ਬਣੂਗਾ, ਕਿਸ ਤਰ੍ਹਾਂ ਦਾ ਮਾਹੌਲ ਆ। ਜਿਹੜੇ ਇਹ ਰਸ਼ ਆ, ਜਿਹੜੀਆਂ ਇਹ ਰੈਲੀਆਂ ਆ, ਉਹ ਕਿਤੇ ਨਾ ਕਿਤੇ ਇਹ ਸਾਫ ਕਰਦੀਆਂ ਨੇ, ਸਾਫ ਸੰਕੇਤ ਦਿੰਦੀਆਂ ਨੇ, ਮੈਸੇਜ ਦਿੰਦੀਆਂ ਨੇ ਕਿ ਜੇ ਇਹ ਐਜੂਟੇਸ਼ਨ ਅੱਗੇ ਚੱਲਦਾ ਹੈ ਜਾਂ ਇਹ ਸਕਸੀਡ ਕਰ ਜਾਂਦਾ ਵਾ, ਤਾਂ ਫਿਰ ਇਹਦੇ ਵਿੱਚੋਂ ਕੁਛ ਨਾ ਕੁਛ ਰਾਜਸੀ ਤੌਰ ਤੇ ਵੀ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ। ਇਹ ਸਾਫ ਆ, ਨਹੀਂ ਤਾਂ ਦੋ ਚਾਰ ਲੀਡਰ ਤੇ ਵੱਟ ਤੇ ਹੀ ਸਮਝੋ ਨਾ। ਵੈਸੇ ਤੇ ਇਹਦੇ ਵਿੱਚੋਂ ਜੇ ਆਪਾਂ ਦੇਖੀਏ ਦੀਪ ਸਿੱਧੂ ਹੋਰਾਂ ਦੇ ਨਾਲ ਜਿਹੜੇ ਬੰਦੇ ਸੀਗੇ, ਤਾਂ ਲਾਮੀਆਂ ਹੀ ਕਹਿੰਦੇ ਸੀਗੇ ਕਿ ਅਸੀਂ ਇੱਕ ਬਦਲਾਅ ਪੈਦਾ ਕਰਨਾ। ਜਿਵੇਂ ਆਪਾਂ ਦੇਖਿਆ ਸੀਗਾ ਅੰਨਾ ਅੰਦੋਲਨ ਦੇ ਵਿੱਚੋਂ ਵੀ ਇੱਕ ਬਦਲਾਅ ਨਿਕਲਿਆ, ਪੋਲੀਟੀਕਲ ਬਦਲਾਅ ਨਿਕਲਿਆ। ਉਹ ਬਦਲਾਅ ਕਿੰਨਾ ਹੋਇਆ ਜਾਂ ਬਦਲਾਅ ਕਿੰਨਾ ਹੋਇਆ ਉਹ ਮੈਨੂੰ ਨਹੀਂ ਪਤਾ, ਉਹ ਤਾਂ ਕੋਈ ਜਿਹੜਾ ਉੱਥੋਂ ਦਾ ਵਸਨੀਕ ਆ ਦਿੱਲੀ ਦਾ ਉਹ ਦੱਸ ਸਕਦਾ। ਪਰ ਉਹਦੇ ਵਿੱਚੋਂ ਦਿੱਲੀ ਦੀ ਸਰਕਾਰ ਨਿਕਲੀ ਜਿਹੜੀ ਮੌਜੂਦਾ ਸਰਕਾਰ ਆ। ਤਾਂ ਇਸ ਤਰ੍ਹਾਂ ਜਿਵੇਂ ਕਹਿ ਸਕਦੇ ਆਪਾਂ ਕਿ ਉਹ ਤਾਂ ਹੁਣ ਨਿਰਭਰ ਕਰਦਾ ਇਸ ਚੀਜ਼ ਤੇ ਕਿ ਅੰਦੋਲਨ ਦੀ ਦਿਸ਼ਾ ਕੀ ਹੋਏਗੀ, ਉਹਦੀ ਰਫਤਾਰ ਕੀ ਹੋਏਗੀ, ਉਹਦੀ ਮੰਜ਼ਿਲ ਮੁਕਾਮ ਕੀ ਹੋਏਗਾ। ਪਰ ਇਹ ਆ ਕਿ ਥੋੜੇ ਬਹੁਤੇ ਲੀਡਰ ਤੇ ਸਾਨੂੰ ਇਸ ਮਾਹੌਲ ਦੇ ਵਿੱਚੋਂ ਵੇਖਣ ਨੂੰ ਤਕਰੀਬਨ ਤਕਰੀਬਨ ਮਿਲ ਹੀ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿਆਸੀ ਪਿੱਚ ਤੇ ਖੇਡਦੇ ਨਜ਼ਰ ਵੀ ਆਉਣਗੇ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੀ ਹੈ, ਦਿਸ਼ਾ ਰਵੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦਿੱਤੀ। ਹਾਂਜੀ, ਦੇਖੋ ਦਿਸ਼ਾ ਰਵੀ ਨੂੰ ਜ਼ਮਾਨਤ ਮਿਲ ਗਈ ਆ, ਤੇ ਵੈਸੇ ਚੰਗੀ ਗੱਲ ਉਹੀ ਆ ਕਿ ਦਿਸ਼ਾ ਨੂੰ ਜ਼ਮਾਨਤ ਜਿਹੜੀ ਕੋਰਟ ਨੇ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਜੋ ਟਿੱਪਣੀ ਕੀਤੀ ਆ ਉਹ ਸਾਫ਼ ਕਰਦੀ ਹੈ। ਜਿਵੇਂ ਮੈਂ ਹਿੰਦੀ 'ਚ ਬੋਲ ਦਿੰਦਾ, ਵੈਸੇ ਤੇ ਪੰਜਾਬੀ 'ਚ ਵੀ ਆਪਾਂ ਲੱਥਾ ਕਰ ਸਕਦੇ ਹਾਂ, ਪਰ ਉਹ ਹਿੰਦੀ 'ਚ ਲਿਖੀ ਗਈ ਆ। ਉਹ ਇਸ ਤਰ੍ਹਾਂ ਕਿ ਉਦਾਸੀਨ ਔਰ ਮੌਨ ਨਾਗਰਿਕੋਂ ਕੀ ਤੁਲਨਾ ਮੇਂ ਜਾਗਰੂਕ ਅਪ੍ਰਯਾਸਸ਼ੀਲ ਨਾਗਰਿਕ ਨਿਰਵਿਵਾਦ ਰੂਪ ਸੇ ਏਕ ਸਵਸਥ ਔਰ ਜੀਵੰਤ ਲੋਕਤੰਤਰ ਦਾ ਸੰਕੇਤ ਹੈ। ਮਤਲਬ ਕਿ ਜਿਹੜੇ ਉਦਾਸੀਨ, ਮਤਲਬ ਕਿ ਜਿਹੜੇ ਉਚਾਟ ਹੋ ਚੁੱਕੇ ਹੁੰਦੇ ਆ, ਨਿਰਾਸ਼ ਹੋ ਚੁੱਕੇ ਹੁੰਦੇ ਆ, ਜਾਂ ਜਿਹੜੇ ਚੁੱਪੀ ਧਾਰ ਚੁੱਕੇ ਹੁੰਦੇ ਨਾਗਰਿਕ, ਉਹਨਾਂ ਦੀ ਤੁਲਨਾ ਦੇ ਵਿੱਚ ਜੋ ਜਾਗਰੂਕ ਹੁੰਦੇ ਆ ਜਾਂ ਜਿਹੜੇ ਯਤਨਸ਼ੀਲ ਨਾਗਰਿਕ ਹੁੰਦੇ ਆ, ਉਹ ਮਤਲਬ ਕਿ ਬੇਸ਼ੱਕ ਜਾਂ ਕਹਿ ਲਓ ਕਿ ਕੋਈ ਸ਼ੱਕ ਨਹੀਂ ਉਹਦੇ ਵਿੱਚ ਕਿ ਉਹ ਇੱਕ ਵਧੀਆ ਸਿਹਤਮੰਦ ਤੇ ਜਿਉਂਦੇ ਲੋਕਤੰਤਰ ਦਾ ਸੰਕੇਤ ਹੁੰਦੇ ਆ। ਇੱਕ ਅਦਾਲਤ ਦੀ ਟਿੱਪਣੀ ਹੈ, ਤੁਸੀਂ ਦੇਖ ਲਓ ਕਿੰਨੀ ਗੰਭੀਰ ਟਿੱਪਣੀ ਹੈ, ਕਿੰਨੀ ਗੰਭੀਰ ਟਿੱਪਣੀ ਹੈ। ਤੇ ਨਾਲ ਸੰਵਿਧਾਨ ਦੇ ਜਿਹੜੇ ਆਰਟੀਕਲ 19 ਦੀ ਨਾਲ ਕਹਿ ਲਓ ਆਜ਼ਾਦੀ ਹੈ, ਉਹਦੀ ਵੀ ਗੱਲ ਕੀਤੀ ਗਈ ਹੈ। ਸੋ ਇਹ ਬਹੁਤ ਖੂਬਸੂਰਤ ਟਿੱਪਣੀ ਆ ਜਿਹੜੀ ਮੇਰੇ ਖਿਆਲ ਦੇ ਨਾਲ ਦਿੱਲੀ ਪੁਲਿਸ ਨੂੰ ਤੇ ਬਣਾ ਕੇ ਨਾ, ਉਹ ਜਿਵੇਂ ਆਪਾਂ ਫੋਟੋਆਂ ਬਣਾ ਕੇ ਲਾਉਂਦੇ ਹੁੰਦੇ ਸਾਂ, ਉਹ ਆਪਣੇ ਥਾਣਿਆਂ 'ਚ ਜ਼ਰੂਰ ਲਾਉਣੀ ਚਾਹੀਦੀ ਹੈ, ਕਿਉਂਕਿ ਦਿੱਲੀ ਪੁਲਿਸ ਜੋ ਕਰ ਰਹੀ ਆ ਉਹ ਆਪਾਂ ਸਭ ਨੇ ਵੇਖਿਆ। ਕਿਉਂਕਿ ਇਸ ਜ਼ਮਾਨਤ ਦਾ ਜਿਹੜਾ ਗਰਾਊਂਡ ਸੀਗਾ ਉਹ ਇਹੋ ਹੀ ਗਰਾਊਂਡ ਸੀਗਾ। ਮਤਲਬ ਕਿ ਦੇਖੋ ਜੋ FIR ਦੇ ਵਿੱਚ ਕਿਹਾ ਗਿਆ ਕਿ ਦਿਸ਼ਾ ਖਾਲਿਸਤਾਨੀਆਂ ਦੇ ਨਾਲ ਆ, ਇਹਨੇ ਚਾਹ ਤੇ ਸਵਾਲ ਚੁੱਕੇ ਆ, ਇਹਨੇ ਯੋਗਾ ਤੇ ਸਵਾਲ ਚੁੱਕੇ ਆ, ਉਹ ਇਹਦੀ ਰਾਸ਼ਟਰਵਾਦਤਾ ਤੇ ਕਿਤੇ ਨਾ ਕਿਤੇ ਸ਼ੱਕ ਆ। ਦੇਖੋ ਕਿ ਕਿਹੋ ਜਿਹੇ ਆਧਾਰ ਆ। ਤੇ ਇਹਨਾਂ ਦੇ ਵਕੀਲ ਨੇ ਬੜੀ ਖੂਬਸੂਰਤ ਮਿਸਾਲ ਦਿੱਤੀ ਸੀ, ਹਾਲਾਂਕਿ ਉਹਨਾਂ ਤੇ ਦੋਸ਼ ਵੀ ਲੱਗਿਆ ਕਿ 6-7 ਲੱਖ ਫੀਸ ਲਈ ਉਹਨਾਂ, ਕਿ ਮੈਂ ਫ੍ਰੀ ਕੇਸ ਲੜ ਰਿਹਾ ਤੁਹਾਨੂੰ ਕਿਹਨੇ ਕਿਹਾ। ਤੇ ਅੱਛਾ ਉਹ ਗੱਲ ਜਿਹੜੀ ਉਹਨਾਂ ਨੇ ਬੜੀ ਖੂਬਸੂਰਤ ਉੱਥੇ ਦਲੀਲ ਦਿੱਤੀ, ਉਹਨਾਂ ਆਖਿਆ ਕਿ ਜੇ ਕੋਈ ਯੋਗਾ ਨੂੰ ਪਸੰਦ ਨਹੀਂ ਕਰਦਾ, ਗੁਰਸੂ ਨੂੰ ਪਸੰਦ ਕਰਦਾ, ਤਾਂ ਮਤਲਬ ਕੋਈ ਚੀਨੀ ਜਸੂਸ ਆ, ਦੱਸੋ ਇਹਦੇ ਨਾਲ ਕੀ ਹੈ। ਜੇ ਇਹ ਪੈਮਾਨਾ ਵਾ ਦੇਸ਼ ਧਰੋਹ ਦਾ ਕਿ ਚਾਹ ਤੇ ਸਵਾਲ ਆ, ਯੋਗਾ ਤੇ ਸਵਾਲ ਆ, ਖਾਲਸਾ ਨਾਲ ਕੋਈ ਗੱਲ ਹੀ ਹੈ ਨਹੀਂ ਗੀ, ਉਹ ਤੇ ਕੋਈ 1% ਵੀ ਲਿੰਕ ਨਹੀਂ, ਨਾ ਪਹਿਲਾਂ ਨਾ ਬਾਅਦ ਦੇ ਵਿੱਚ ਆ। ਤੇ ਕੋਈ ਟੂਲ ਕਿੱਟ ਦੇ ਵਿੱਚ ਕੋਈ ਹਿੰਸਕ ਸ਼ਬਦ ਨਹੀਂ ਹੈ, ਕਿਸੇ ਦਾ ਕੋਈ ਇੰਡੀਅਨ ਬੰਦੇ ਦਾ ਕੋਈ ਉਹਦੇ 'ਚ ਨੁਕਸਾਨ ਨਹੀਂ ਦਿਖਾਇਆ ਗਿਆ। ਐਡੀਟਿੰਗ ਉਹ ਕੀ ਜੁਰਮ ਆ, ਕੀ ਪੈਮਾਨਾ ਆ, ਜੇ ਪੈਮਾਨਾ ਵਾ ਦੇਸ਼ ਧਰੋਹ ਦਾ ਤੇ ਫਿਰ ਤੇ ਬਸ ਠੀਕ ਠਾਕ ਆ ਕੰਮ। ਸੋ ਇਹ ਦਲੀਲਾਂ ਸੀ, ਬਹੁਤ ਵੱਡੀਆਂ ਦਲੀਲਾਂ ਸੀਗੀਆਂ। ਔਰ ਉੜੀਸਾ ਹਾਈਕੋਰਟ ਨੇ ਵੀ ਮੇਰੇ ਖਿਆਲ ਦੇ ਨਾਲ 2-3 ਦਿਨ ਪਹਿਲਾਂ ਇੱਕ ਟਿੱਪਣੀ ਕੀਤੀ ਸੀਗੀ, ਉਹ ਵੀ ਬੜੀ ਵਾਜਬ ਟਿੱਪਣੀ ਸੀਗੀ ਇਸ ਮੌਕੇ ਤੇ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸ਼ੱਕ ਜਿੰਨਾ ਮਰਜ਼ੀ ਪੁਖਤਾ ਹੋਵੇ ਪਰ ਠੋਸ ਐਵੀਡੈਂਸ ਤੋਂ ਬਿਨਾਂ ਕੋਈ ਬੰਦਾ ਦੋਸ਼ੀ ਨਹੀਂ ਬਣ ਜਾਂਦਾ, ਦੋਸ਼ੀ ਸਾਬਤ ਨਹੀਂ ਹੋ ਜਾਂਦਾ। ਉਹ ਵੀ ਬਹੁਤ ਵੱਡੀ ਟਿੱਪਣੀ ਸੀ ਇਸੇ ਦੌਰ ਦੇ ਵਿੱਚ। ਤਾਂ ਇਹਨਾਂ ਦਾ ਜਿਹੜਾ ਗਰਾਊਂਡ ਸੀ ਜ਼ਮਾਨਤ ਦਾ ਉਹ ਇਹੋ ਹੀ ਸੀਗਾ, ਕੇਸ ਨੂੰ ਚੈਲੰਜ ਕੀਤਾ ਗਿਆ ਸੀਗਾ
ਜੇ ਤੁਸੀਂ ਦੇਖੋਗੇ ਨਾ ਬੇਸਿਕਲੀ ਜਦੋਂ ਆਪਾਂ ਜ਼ਰਾ ਇਸ ਤਰ੍ਹਾਂ ਦੀ ਵੈਸੇ ਆਪਾਂ ਉਹ ਹੈ ਨਹੀਂ ਇੰਨੇ ਕਾਨੂੰਨੀ ਮਾਹਰ, ਜੇ ਕਾਨੂੰਨੀ ਮਾਹਰਾਂ ਦੀ ਨੁਕਤੇ ਨਿਗਾਹ ਤੋਂ ਦੇਖੋਗੇ ਤਾਂ ਇਹ ਸਿੱਧੇ ਤੌਰ ਤੇ ਕੇਸ ਨੂੰ ਹੀ ਚੈਲੰਜ ਕੀਤਾ ਗਿਆ ਸੀ ਜ਼ਮਾਨਤ ਦਾ ਜਿਹੜਾ ਗਰਾਊਂਡ ਸੀਗਾ ਇਹਦੇ ਵਿੱਚ, ਜਿੰਨਾ ਕੁ ਮੈਨੂੰ ਕਾਨੂੰਨੀ ਤੌਰ ਤੇ ਪਤਾ ਵਾ। ਤਾਂ ਹੁਣ ਇਹਦੇ ਚੋਂ ਇੱਕ ਚੀਜ਼ ਸਾਫ਼ ਹੋ ਗਈ ਕਿ ਜਿਹੜੀ ਕੁੜੀ ਰਵੀ ਦਿਸ਼ਾ ਹੈ ਉਹਦੀ ਜਿਹੜੀ ਜ਼ਮਾਨਤ ਆ ਉਹ ਜ਼ਮਾਨਤ ਹੀ ਨਹੀਂ ਸਿਰਫ਼, ਉਹ ਇਸ ਕੇਸ ਤੇ ਵੀ ਮੋਹਰ ਆ ਇੱਕ ਤਰ੍ਹਾਂ ਨਾਲ। ਪਤਾ ਹੀ ਲੱਗ ਗਿਆ ਕਿ ਕੇਸ ਦਾ ਨਤੀਜਾ ਕੀ ਹੋਣ ਵਾਲਾ, ਕਿਉਂਕਿ ਸ਼ਾਂਤਨੂ ਨੂੰ ਜਾਂ ਉਹ ਜਿਹੜੀ ਨਿਕਤਾ ਜੈਕਬ ਸੀ ਉਹਨਾਂ ਨੂੰ ਜਿਸ ਤਰ੍ਹਾਂ ਜ਼ਮਾਨਤ ਮਿਲ ਗਈ ਔਰ ਇਸ ਤੋਂ ਬਾਅਦ ਇਹਨੂੰ ਪੱਕੀ ਜ਼ਮਾਨਤ ਮਿਲ ਗਈ, ਉਹਨਾਂ ਨੂੰ ਤਾਂ ਹਲਾ ਕੇ ਆਧੀ ਜ਼ਮਾਨਤ ਆ ਹਾਲੇ ਤੱਕ ਤੇ ਪੱਕੀ ਮਿਲ ਗਈ, ਉਹਨਾਂ ਨੂੰ ਵੀ ਪੱਕੀ ਮਿਲ ਜਾਣੀ ਆ। ਤੇ ਇਸ ਕੇਸ ਨੇ ਸਾਫ਼ ਕਰ ਦਿੱਤਾ, ਦੋ ਚੀਜ਼ਾਂ ਸਾਫ਼ ਨੇ ਇਹਦੇ ਵਿੱਚ। ਇੱਕ ਤੇ ਆ ਕਿ ਇਹ ਕੇਸ ਅਦਾਲਤ ਦੇ ਵਿੱਚ ਨਹੀਂ ਠਹਿਰੇਗਾ, ਇਹ ਪੱਕਾ। ਦੂਸਰਾ ਇਹ ਆ ਕਿ ਇਹ ਪੱਕਾ ਆ ਕਿ ਨਹੀਂ ਠਹਿਰੇਗਾ ਤਾਂ ਪੱਕਾ ਹੈ, ਪਰ ਨਾਲ ਇਹ ਵੀ ਸਾਫ਼ ਹੋ ਗਿਆ ਕਿ ਧੱਕਾ ਹੈ, ਇਹ ਧੱਕਾ ਹੈ, ਸਰਾਸਰ ਧੱਕਾ ਹੈ ਕਿ ਜੇ ਕੋਈ ਤੁਹਾਡੇ ਨਾਲ ਅਸਹਿਮਤੀ ਰੱਖਦਾ ਵਾ, ਜੇ ਕੋਈ ਤੁਹਾਡੇ ਨਾਲ ਅਸਹਿਮਤੀ ਰੱਖਣ ਵਾਲਿਆਂ ਨਾਲ ਹਮਦਰਦੀ ਰੱਖਦਾ ਹੈ ਤਾਂ ਤੁਸੀਂ ਉਹਨੂੰ ਕਿਸੇ ਵੀ ਕੀਮਤ ਤੇ ਚੁੱਪ ਕਰਾਉਣਾ ਲੋਚਦੇ। ਸੋ ਇਹ ਜਿਹੜਾ ਚੱਲਣ ਹੈ ਇਹ ਧੱਕੇ ਵਾਲਾ ਹੀ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰ ਲਈਏ ਪਗੜੀ ਸੰਭਾਲ ਦਿਹਾੜਾ। ਸਿੰਘੂ ਬਾਰਡਰ ਤੇ ਸ਼ਹੀਦ ਏ ਆਜ਼ਮ ਦੇ ਪਰਿਵਾਰਕ ਮੈਂਬਰ ਦਾ ਸਨਮਾਨ। ਹਾਂਜੀ, ਇਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਹੋਰ ਵੀ ਦੇ ਦੇਵਾਂ। ਜੀ ਜੀ। ਦੀਪ ਸਿੱਧੂ ਦੇ ਮਸਲੇ ਕੀ ਹੋਇਆ ਵਾ ਕਿ ਦੀਪ ਸਿੱਧੂ ਨੂੰ ਅੱਜ 7 ਦਿਨ ਦਾ ਜਿਹੜਾ ਰਿਮਾਂਡ ਸੀ ਉਹ ਖਤਮ ਹੋਣ ਤੋਂ ਬਾਅਦ ਫੇਰ ਦੁਬਾਰਾ ਪੇਸ਼ ਕੀਤਾ ਗਿਆ ਵਾ, ਤੇ ਜਦੋਂ ਪੇਸ਼ ਕੀਤਾ ਗਿਆ ਇਹਨਾਂ ਨੇ ਫੇਰ ਰਿਮਾਂਡ ਮੰਗਿਆ ਸੀਗਾ ਕਿ ਹੁਣ ਜੀ ਅਸੀਂ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਨੀ ਹੈ ਜਿਹਨਾਂ ਨੇ ਇਹਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਸੀਗਾ। ਜੱਜ ਨੇ ਹੋਰ ਰਿਮਾਂਡ ਨਹੀਂ ਦਿੱਤਾ, ਮਤਲਬ ਕਿ ਜੱਜ ਨੇ ਹੋਰ ਰਿਮਾਂਡ ਨਹੀਂ ਦਿੱਤਾ। 14 ਦਿਨ ਦੀ ਜਿਹੜੀ ਪੁਲਿਸ ਹਿਰਾਸਤ ਸੀ ਉਹ ਖਤਮ ਹੋ ਗਈ ਆ, ਤੇ ਇਸ ਮੌਕੇ ਤੇ ਉਹਦਾ ਭਰਾ ਉੱਥੇ ਹੈਗਾ ਸੀਗਾ, ਹਾਜ਼ਰ ਸੀਗਾ, ਉਹਨੇ ਬਾਹਰ ਆ ਕੇ ਦੱਸਿਆ ਵਾ, ਜਾਣਕਾਰੀ ਦਿੱਤੀ ਆ ਕਿ ਉਹ ਠੀਕ ਠਾਕ ਹੈ, ਚੜ੍ਹਦੀ ਕਲਾ ਦੇ ਵਿੱਚ ਆ, ਕੁਛ ਨਹੀਂ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜਿਹੜੀ ਬੇਲ ਐਪਲੀਕੇਸ਼ਨ ਆ ਲੱਗੂਗੀ। ਤੇ ਨਾਲ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਉਹਦੇ ਵਾਸਤੇ ਜੇਲ੍ਹ ਦੇ ਵਿੱਚ ਅਲੱਗ ਸੈੱਲ ਦੀ ਵਿਵਸਥਾ ਕੀਤੀ ਜਾਵੇ, ਉਹਦੀ ਸਿਕਿਉਰਿਟੀ ਦਾ ਵਧੀਆ ਪ੍ਰਬੰਧ ਕੀਤਾ ਜਾਵੇ। ਤਾਂ ਉਹ ਅਦਾਲਤ ਨੇ ਕਿਹਾ ਕਿ ਮਾਮਲਾ ਜਿਹੜਾ ਤੁਸੀਂ 30 ਸਹਿਦਾਰੀ ਕੋਰਟ 'ਚ ਲੈ ਕੇ ਜਾਓ। ਸੋ ਇਹ ਇਸ ਮੁਤਲਕ ਜਾਣਕਾਰੀ ਸੀ, ਕਿਉਂਕਿ ਲੱਖੇ ਦੇ ਜੇ ਪ੍ਰਸ਼ੰਸਕ ਹੈਗੇ ਆ ਤੇ ਦੀਪ ਸਿੱਧੂ ਦੇ ਵੀ ਪ੍ਰਸ਼ੰਸਕ ਆ, ਉਹਨਾਂ ਲਈ ਵੀ ਇਹ ਜਾਣਕਾਰੀ ਦੇਣੀ ਲਾਜ਼ਮ ਸੀਗੀ। ਖੈਰ, ਜੇ ਆਪਾਂ ਹੁਣ ਇਹਨਾਂ ਸਾਰਿਆਂ ਦੀ ਜਾਣਕਾਰੀ ਦਿੱਤੀ ਹੈ ਤੇ ਸਾਂਝੇ ਮੋਰਚੇ ਵਾਲਿਆਂ ਦੀ ਵੀ ਜਾਣਕਾਰੀ ਦੇਣੀ ਉਹ ਵੀ ਲਾਜ਼ਮ ਆ ਜਿਹੜੇ ਉੱਥੇ ਬੈਠੇ ਨੇ। ਤਾਂ ਉਹਨਾਂ ਨੇ ਅੱਜ ਜਿਹੜਾ ਇਹ ਦਿਨ ਆ ਪਗੜੀ ਸੰਭਾਲ ਜੱਟਾ ਦਿਹਾੜਾ ਜਿਹੜਾ ਉਹ ਮਨਾਇਆ ਵਾ, ਇਸ ਮੌਕੇ ਤੇ ਜਿਵੇਂ ਤੁਸੀਂ ਜਾਣਕਾਰੀ ਦੇ ਦਿੱਤੀ ਆ ਕਿ ਸ਼ਹੀਦ ਏ ਆਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ, ਮਤਲਬ ਕਿ ਭਗਤ ਸਿੰਘ ਜੀ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਉੱਥੇ ਸਨਮਾਨਿਆ ਗਿਆ ਹੋਏਗਾ। ਤਾਂ ਦਰਅਸਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਤਿਹਾਸ ਦੇ ਝਰੋਖੇ ਚੋਂ ਪ੍ਰੇਰਨਾ ਲੈਣ ਦਾ ਯਤਨ ਕੀਤਾ ਜਾ ਰਿਹਾ, ਮਤਲਬ ਕਿ ਬਹੁਤ ਮਹਾਨ ਸ਼ਖਸੀਅਤਾਂ ਨੂੰ ਜਿਵੇਂ ਆਪਾਂ ਕਿ ਸਰ ਛੋਟੂ ਰਾਮ ਨੂੰ ਯਾਦ ਕੀਤਾ ਸੀਗਾ, ਤਾਂ ਜਿੱਦਣ ਸਰ ਛੋਟੂ ਰਾਮ ਨੂੰ ਇਹਨਾਂ ਨੇ ਯਾਦ ਕੀਤਾ, ਦੇਖੋ ਅੰਦੋਲਨਾਂ ਦੀ ਦੇਣ ਬਹੁਤ ਹੁੰਦੀ ਹੈ। ਮੈਂ ਅੱਜ ਹੀ ਇੱਕ ਨੌਜਵਾਨ ਦਾ ਕਮੈਂਟ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਕਿ ਸੱਚ ਜਾਣਿਓ, ਉਹ ਡਿਗਰੀ ਹੋਲਡਰ ਸੀਗਾ ਮੁੰਡਾ, ਹੁਣ ਪਤਾ ਨੀ ਮੈਨੂੰ ਯਾਦ ਨੀ ਕਿਹੜੀ ਡਿਗਰੀ ਉਹਨੇ ਕੀਤੀ ਸੀਗੀ, ਲਿਖਿਆ ਵੀ ਸੀਗਾ, ਕਿਉਂਕਿ ਮੈਂ ਤਾਂ ਹੁਣ ਡਿਗਰੀ ਡੁਗਰੀ ਕੀਤੀ ਨਹੀਂ ਹੈ, ਉਹ ਨਾ ਨੀ ਆਉਂਦੇ ਕਸੂਤੇ ਨਾ ਆਉਂਦੇ ਡਿਗਰੀਆਂ ਦੇ ਵੀ, ਯਾਰ ਡਿਗਰੀ ਕਸੂਤੀ ਡਿਗਰੀ ਉਹ ਟੈਲੀਫਿਲਮ ਵੀ ਬਣੀ ਮੈਨੂੰ ਲੱਗਦਾ ਜਿਵੇਂ ਬਸੀਰੀ ਜੈਸ਼ਾ। ਖੈਰ, ਤਾਂ ਉਹ ਮੁੰਡਾ ਉੱਥੇ ਲਿਖ ਰਿਹਾ ਸੀਗਾ ਕਿ ਸੱਚ ਜਾਣੇ ਅੱਜ ਤੱਕ ਮੈਨੂੰ ਇਹ ਹਿਸਟਰੀ ਦਾ ਨਹੀਂ ਸੀ ਪਤਾ, ਮਤਲਬ ਕਿ ਮੈਂ ਸੰਖੇਪ ਦੇ ਵਿੱਚ ਜ਼ਰੂਰ ਪੜ੍ਹਿਆ, ਪਰ ਮੈਂ ਹੈਰਾਨ ਹਾਂ ਕਿ ਮੈਂ ਅੱਜ ਤੱਕ ਇਸ ਚੀਜ਼ ਨੂੰ ਇੰਨੀ ਡੀਪਲੀ ਪੜ੍ਹ ਕਿਉਂ ਨਹੀਂ ਸਕਿਆ, ਸਮਝ ਕਿਉਂ ਨਹੀਂ ਸਕਿਆ। ਤਾਂ ਇਸ ਅੰਦੋਲਨ ਦੀ ਦੇਖੋ, ਅਸੀਂ ਕਹਿੰਦੇ ਹਾਂ ਕਿ ਦੇਖੋ ਜੀ ਆਊਟਪੁੱਟ ਕੀ ਆ, ਕੀ ਹੁਣ ਤੱਕ ਅਸੀਂ ਖੱਟਿਆ, ਬਹੁਤ ਕੁਛ ਖੱਟਿਆ, ਬਹੁਤ ਕੁਛ ਖੱਟਿਆ, ਠੀਕ ਹੈ, ਥੋੜ੍ਹਾ ਬਹੁਤਾ ਦਬੋੜਾ ਵੀ ਪੈਂਦਾ ਹੈ ਬੰਦਿਆਂ ਨੂੰ, ਥੋੜ੍ਹਾ ਬਹੁਤਾ ਸਮਾਜ ਨੂੰ ਲੇਖੇ ਵੀ ਲਾਉਣਾ ਪੈਂਦਾ, ਤਿਆਗ ਵੀ ਕਰਨੇ ਪੈਂਦੇ, ਬਹੁਤ ਕੁਛ ਹੁੰਦਾ ਆ ਲੜਾਈਆਂ ਦੇ ਵਿੱਚ, ਜਦੋਂ ਇਸ ਤਰ੍ਹਾਂ ਦੀਆਂ ਅਸਾਮੀਆਂ ਲੜਾਈਆਂ ਲੜੀਆਂ ਜਾਂਦੀਆਂ, ਇੱਕ ਤਾਂ ਅਸਾਮੀ ਲੜਾਈ ਹੁੰਦੀ ਹੈ ਬਰੋਬਰ ਦੀ, ਇੱਕ ਅਸਾਮੀ ਲੜਾਈ ਹੁੰਦੀ ਹੈ ਕਿ ਸਟੇਟ ਕੋਲ ਬਹੁਤ ਤਾਕਤ ਹੁੰਦੀ ਹੈ, ਤੁਸੀਂ ਲੋਕ ਸਿਰਫ ਤੇ ਸਿਰਫ ਇੱਕ ਸੰਵਿਧਾਨ ਦਾ ਵੋਟ ਆਸਰਾ ਲੈ ਕੇ ਉਹਦੇ ਮੁਤਾਬਕ ਹੀ ਚੱਲੀ ਚੱਲਦੇ ਹੋ, ਮਤਲਬ ਕਿ ਤੁਹਾਡੇ ਕੋਲ ਆਪਣੇ ਅਧਿਕਾਰਾਂ ਦਾ ਰਾਈਟ ਹੈ, ਹੱਕਾਂ ਦਾ ਰਾਈਟ ਹੈ, ਹੋਰ ਕੁਛ ਨਹੀਂ ਹੈ, ਹੋਰ ਹਥਿਆਰ ਕੁਛ ਨਹੀਂ ਹੈ ਤੁਹਾਡੇ ਕੋਲ, ਸੋ ਅਸਾਮੀ ਲੜਾਈ ਉਹਨੂੰ ਕਹਿ ਦਿੰਦੇ ਹਾਂ। ਤਾਂ ਇਹ ਬਿਲਕੁਲ ਮੈਨੂੰ ਬਹੁਤ ਵਧੀਆ ਲੱਗੀ ਹੈ ਇਹ ਚੀਜ਼ ਕਿ ਸਰ ਛੋਟੂ ਰਾਮ ਬਾਰੇ ਸਾਡੀ ਅੱਜ ਦੀ ਪੀੜ੍ਹੀ ਨਹੀਂ ਸੀ ਜਾਣਦੀ, ਜਿਵੇਂ ਅਸੀਂ ਹੁਣ ਮਾੜਾ ਮੋਟਾ ਚਲੋ ਜਿੰਨਾ ਕੁ ਪੜ੍ਹ ਕੇ ਲਿਖ ਕੇ
ਹੁਣ ਤੱਕ ਸਮਝੇ ਆ ਤੇ ਜਿੰਨਾ ਕੁ ਬੋਲਦੇ ਆ ਤਾਂ ਕਈ ਵਾਰ ਫਿਰ ਉਹ ਮੈਸੇਜ ਕਰਕੇ ਦੱਸਦੇ ਆ ਵਟਸਐਪ ਤੇ ਨੌਜਵਾਨ ਮੁੰਡੇ ਕਿ ਹਾਂ ਭਾਈ ਸਾਨੂੰ ਆਹ ਚੀਜ਼ ਦਾ ਪਤਾ ਨਹੀਂ ਸੀਗਾ ਸਰ ਛੋਟੂ ਰਾਮ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਉਹ ਸ਼ਾਇਦ ਅੱਜ ਦੀ ਪੀੜ੍ਹੀ ਨਾ ਜਾਣ ਸਕਦੀ ਜੇ ਅੰਦੋਲਨ ਨਾ ਹੁੰਦਾ ਖਾਸ ਤੌਰ ਤੇ ਆਪਣਾ ਪੰਜਾਬ ਹਰਿਆਣੇ ਵਾਲੇ ਤਾਂ ਸਰ ਛੋਟੂ ਰਾਮ ਬਾਰੇ ਜਾਣਦੇ ਨੇ ਬਹੁਤ ਚੰਗੀ ਤਰ੍ਹਾਂ ਪਰ ਅਸੀਂ ਵਿਸਾਰ ਦਿੱਤਾ ਕਿਉਂਕਿ ਹਰਿਆਣਾ ਪੰਜਾਬ ਵੰਡਿਆ ਗਿਆ ਬਾਅਦ ਦੇ ਵਿੱਚ ਜਦਕਿ ਉਹ ਸਾਂਝੇ ਪੰਜਾਬ ਦਾ ਇੱਕ ਬਹੁਤ ਵੱਡਾ ਆਗੂ ਸੀਗਾ ਉਦੋਂ ਤੇ ਅਣਵੱਡਿਆ ਪੰਜਾਬ ਸੀਗਾ ਨਾ ਲਾਹੌਰ ਵਾਲਾ ਪਾਸਾ ਵੀ ਤੇ ਆਪਣਾ ਹੀ ਸੀਗਾ ਤਾਂ ਕਹਿਣ ਦਾ ਮਤਲਬ ਕਿ ਅੱਜ ਇਸ ਅੰਦੋਲਨ ਦੀ ਤਹਿ ਤੱਕ ਗਏ ਆ ਲੋਕ ਕਿ ਪਗੜੀ ਸੰਭਾਲ ਜੱਟਾ ਅਸਲ ਦੇ ਵਿੱਚ ਹੈ ਕੀ ਸੀ ਅੱਗੇ ਤੇ ਆਪਾਂ ਉਹ ਕਹਿ ਦਿੰਦੇ ਕਿ ਕਵਿਤਾ ਸੀਗੀ ਜੀ ਇੱਕ ਨਜ਼ਮ ਸੀਗੀ ਉਹ ਕਿਸਾਨ ਸੰਘਰਸ਼ ਦੇ ਵਿੱਚ ਇਸਤੇਮਾਲ ਕੀਤੀ ਗਈ ਕਿਸਾਨ ਸੰਘਰਸ਼ ਚੱਲਿਆ ਪਰ ਲੋਕਾਂ ਨੇ ਅੱਜ ਪੜ੍ਹਿਆ ਸੁਣਿਆ ਕਿ ਭਗਤ ਸਿੰਘ ਦਾ ਚਾਚਾ ਕੀ ਸੀਗਾ ਦਰਅਸਲ ਉਹਦੀ ਵੀ ਆਪਣੀ ਇੱਕ ਹਿਸਟਰੀ ਆ ਉਹਦੇ ਚਾਚੇ ਦੀ ਕਿ ਕਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਖੜਾ ਕੀਤਾ ਉਹਨਾਂ ਨੇ ਅੰਦੋਲਨ ਤੇ ਖਤਮ ਹੋ ਗਿਆ ਸੀਗਾ ਮੇਰੇ ਖਿਆਲ ਦੇ ਨਾਲ 5-6 ਮਹੀਨਿਆਂ 'ਚ ਉਹ ਜਿਹੜੇ 3 ਐਕਟ ਸੀਗੇ ਉਹ ਵਾਪਸ ਲੈ ਲਏ ਸੀ ਅੰਗਰੇਜ਼ ਨੇ ਉਹ ਵਾਪਸ ਲੈ ਲਏ ਉਸ ਤੋਂ ਬਾਅਦ ਇਹਨਾਂ ਤੇ ਆਹੀ ਧਾਰਾ ਲਾਈ ਗਈ ਜਿਹੜੀ ਅੱਜ ਦਿਸ਼ਾ ਤੇ ਲੱਗੀ ਆ 124 ਇਹ ਲਾ ਕੇ ਇਹ ਤੇ ਲਾਲਾ ਲਾਜਪਤ ਰਾਏ ਸੀ ਇਹਨਾਂ ਨੂੰ ਬ੍ਰਹਮਾ ਜੇਲ੍ਹ ਦੇ ਵਿੱਚ ਘੱਲ ਦਿੱਤਾ ਗਿਆ ਸੀਗਾ ਮੇਰੇ ਖਿਆਲ ਦਾ ਮਾਂਡਲਾ ਜੇਲ੍ਹ ਦੇ ਵਿੱਚ ਤੇ ਲਾਲਾ ਲਾਜਪਤ ਰਾਏ ਨੇ ਤੇ ਅਪੀਲ ਪਾਤੀ ਸੀਗੀ ਕਿ ਮੈਂ ਕੋਈ ਹਿੰਸਕ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਅਪੀਲ ਵੀ ਨਹੀਂ ਸੀ ਪਾਈ ਅਪੀਲ ਵੀ ਨਹੀਂ ਸੀ ਪਾਈ ਤੇ ਉਸ ਤੋਂ ਬਾਅਦ ਜਦੋਂ ਸਜ਼ਾ ਕੱਟ ਕਟਾ ਕੇ ਜਿਸ ਸਮੇਂ ਭਗਤ ਸਿੰਘ ਦਾ ਜਨਮ ਹੁੰਦਾ ਉਸ ਸਮੇਂ ਉਹ ਆਉਂਦੇ ਆ ਤੇ ਨਾ ਸ਼ਾਇਦ ਇਸੇ ਕਰਕੇ ਕਹਿੰਦੇ ਕਿ ਭਾਗਾਂ ਵਾਲਾ ਨਾਮ ਭਗਤ ਸਿੰਘ ਇਸੇ ਕਰਕੇ ਸੋਚ ਕੇ ਪਾਇਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਉਹ ਫਿਰ ਹੌਲੀ ਹੌਲੀ ਹੋਰ ਬਾਹਰ ਨਿਕਲਦੇ ਆ ਲਹਿਰਾਂ ਨੂੰ ਚੰਗੀ ਤਰ੍ਹਾਂ ਪੜ੍ਹਦੇ ਆ ਅਧਿਐਨ ਕਰਦੇ ਆ ਫਿਰ ਸ਼ਮੂਲੀਅਤ ਕਰਦੇ ਆ ਫਿਰ ਉਹ ਇਰਾਨ ਨਿਕਲਦੇ ਆ ਫਿਰ ਬ੍ਰਾਜ਼ੀਲ ਦਾ ਪਾਸਪੋਰਟ ਹਾਸਲ ਕਰਦੇ ਆ ਫਿਰ ਉਹ ਸਵਿਟਜ਼ਰਲੈਂਡ ਤੱਕ ਚਲੇ ਜਾਂਦੇ ਉੱਥੋਂ ਘੁੰਮਦੇ ਕਮਾਉਂਦੇ ਇਟਲੀ ਤੱਕ ਆ ਜਾਂਦੇ ਆ ਫਿਰ ਜਦੋਂ ਜਦ ਕਰਦੇ ਕਿਉਂਕਿ ਉਦੋਂ ਸਮਾਂ ਆਜ਼ਾਦੀ ਦਾ ਵੀ ਹੋ ਗਿਆ ਕਿ ਵਾਪਸ ਆਇਆ ਜਾਵੇ ਫਿਰ ਨਹੀਂ ਬਣਦਾ ਕੰਮ ਸੈਕਿੰਡ ਵਰਲਡ ਵਾਰ ਤੋਂ ਬਾਅਦ ਉਹਨਾਂ ਨੂੰ ਰੈਸਟ ਕਰ ਲਿਆ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਮੁੜ ਕੇ ਉਹਨਾਂ ਨੂੰ ਜਰਮਨ ਦੇ ਕੈਂਪਾਂ ਵਿੱਚ ਵੀ ਕਰ ਦਿੱਤਾ ਜਾਂਦਾ ਮਤਲਬ ਕਿ ਇਹ ਜਰਨੀ ਕਿਸੇ ਨੇ ਛੂਹਣੀ ਨਹੀਂ ਸੀਗੀ ਸ਼ਾਇਦ ਪਤਾ ਹੀ ਨਾ ਲੱਗਦਾ ਨਹੀਂ ਤਾਂ ਉਹ ਬਰੀਫ ਜਿਹਾ ਇਤਿਹਾਸ ਇੱਦਾਂ ਹੋ ਹੁੰਦਾ ਨਾ ਕਿ ਸਾਡੇ ਸਾਹਮਣੇ ਬਸ ਉਹ ਦਿਨ ਆ ਗਿਆ ਅਸੀਂ ਥੋੜਾ ਜਿਹਾ ਯਾਦ ਕਰ ਲੈਂਦੇ ਹਾਂ ਤਾਂ ਇਹ ਇਸ ਸੰਘਰਸ਼ ਦੀ ਮੈਂ ਕਹਿੰਦਾ ਕਿ ਇੱਕ ਨਵੀਂ ਦੇਣ ਆ ਕਿ ਵੱਖੋ ਵੱਖਰੇ ਦਿਹਾੜਿਆਂ ਵੀ ਹਿਸਟਰੀ ਜਿਹੜੀ ਆ ਉਹ ਬੱਚਿਆਂ ਤੱਕ ਪਹੁੰਚ ਰਹੀ ਆ ਤਾਂ ਵਧੀਆ ਕੰਮ ਆ ਤੇ ਅੱਗੇ ਵੈਸੇ ਵੀ ਰਵਾਨਗੀ ਜਿਹੜੀ ਆ ਇਸ ਐਜੂਟੇਸ਼ਨ ਦੇ ਵਿੱਚ ਲਾਜ਼ਮੀ ਆ ਵੱਖੋ ਵੱਖਰੇ ਪ੍ਰੋਗਰਾਮ ਇਹਨਾਂ ਨੂੰ ਦਿੰਦੇ ਰਹਿਣਾ ਪਊਗਾ ਨਹੀਂ ਤਾਂ ਕਿਤੇ ਨਾ ਕਿਤੇ ਬੋਰ ਹੋ ਜਾਂਦੇ ਆ ਐਜੂਟੇਸ਼ਨ ਦੇ ਵਿੱਚ ਲੜਨ ਵਾਲੇ ਜੀ 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 ਬਿਲਕੁਲ ਮਿੰਟੂ ਜੀ ਅਗਲੀ ਗੱਲ ਕਰੀਏ ਅੰਮ੍ਰਿਤਸਰ ਰੇਲਵੇ ਸਟੇਸ਼ਨ ਜਾਊਗਾ ਹੁਣ ਨਿੱਜੀ ਹੱਥਾਂ ਦੇ ਵਿੱਚ ਹਾਂਜੀ ਜਾਊਗਾ ਹੀ ਆ ਜਦੋਂ ਦੇਸ਼ ਹੀ ਨਿੱਜੀ ਹੱਥਾਂ 'ਚ ਜਾ ਰਿਹਾ ਵਾ ਜਦੋਂ ਲਾਲ ਕਿਲ੍ਹਾ ਹੀ ਨਿੱਜੀ ਹੱਥਾਂ 'ਚ ਚੱਲ ਗਿਆ ਵਚਨਾ ਕੀ ਆ ਦੇਖੋ ਇਹਨਾਂ ਨੇ ਨਾ ਤਿਆਰੀ ਕਰ ਲਈ ਸੀ ਪਿਛਲੇ ਵਾਰੀ ਤਿਆਰੀ ਕਰ ਲਈ ਸੀ ਅਸੀਂ ਇਹਨਾਂ ਗੱਲਾਂ 'ਤੇ ਗੌਰ ਨਹੀਂ ਕਰਦੇ ਹੁਣ ਵੇਖੋ ਜਿੱਦਾਂ ਐ ਫਿਰ ਕਿਸੇ ਨੇ ਆ ਕੇ ਬੋਰਡ ਲਾ ਦਿੱਤਾ ਫੱਟਾ ਲਾ ਦਿੱਤਾ ਫਿਰ ਫੋਟੋਆਂ ਖਿੱਚ ਖਿੱਚ ਕੇ ਪਾਈ ਜਾਣੀਆਂ ਸੋਸ਼ਲ ਮੀਡੀਆ 'ਤੇ ਤਾਂ ਪਿਛਲੇ ਸਾਲ ਹੀ ਫੈਸਲਾ ਹੋ ਗਿਆ ਸੀਗਾ ਹੁਣ ਉੱਥੇ ਰੰਗ ਰੰਗਈਆ ਹੋਣ ਡਿਆ ਰੰਗ ਰੋਗਣ ਜਿਵੇਂ ਉਹ ਗਾਣਾ ਸੀ ਨਾ ਵਾਂਗ ਇਲੈਕਸ਼ਨ ਵਿਆਹ ਤੇਰੇ ਦੀ ਤਿਆਰੀ ਦੌਰਾਂ ਤੇ ਉਹ ਉਸੇ ਤਰ੍ਹਾਂ ਹੀ ਆ ਕਿ ਹੁਣ ਵਾਂਗ ਇਲੈਕਸ਼ਨ ਤਿਆਰੀ ਹੋਣ ਡਈ ਆ ਰੰਗ ਰੋਗਣ ਕਰਕੇ ਇਹਨਾਂ ਨੇ ਸੌਂਪ ਦੇਣਾ ਮੇਰੇ ਖਿਆਲ ਦੇ ਨਾਲ ਜਿਹੜਾ ਹੋਏਗਾ ਨਾ ਇਹਨਾਂ ਦਾ ਇੱਕ ਵੈਸੇ ਵਿੱਚ ਹੀ ਆ ਵਿੰਗ ਕਹਿ ਲਓ ਜਾਂ ਇਹਨਾਂ ਦਾ ਆਪਣਾ ਹੀ ਇੱਕ ਡਿਪਾਰਟਮੈਂਟ ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਅਥਾਰਟੀ ਹੈ ਇਸ ਤਰ੍ਹਾਂ ਦਾ ਇੱਕ ਇਹਨਾਂ ਦਾ ਆਪਣਾ ਅੰਦਰੂਨੀ ਕਹਿ ਲਓ ਅੰਗ ਹੈ ਔਰਗਨ ਹੈ ਤਾਂ ਉਹਨੂੰ ਇਹਨਾਂ ਦੇਣਾ ਤਾਂ ਉਹਨਾਂ ਨੇ ਗਾਂ ਇਹਨੂੰ ਲੀਜ਼ 'ਤੇ ਦੇ ਦੇਣਾ ਹੈ ਤਾਂ ਕਿਉਂਕਿ ਇਹਨਾਂ ਦੇ ਵਿੱਚ ਇੱਕ ਹੋਰ ਵੀ ਹੈ ਮੈਨੂੰ ਚੇਤਾ ਆ ਗਿਆ ਇਹ ਜਿਸ ਤਰ੍ਹਾਂ ਆ ਮੈਂ ਜ਼ਿਕਰ ਕੀਤਾ ਇੱਕ ਲੈਂਡ ਡਿਵੈਲਪਮੈਂਟ ਅਥਾਰਟੀ ਵੀ ਇਹਨਾਂ ਦੇ ਵਿੱਚ ਤਾਂ ਉਹ ਰੇਲਵੇ ਦੀ ਇਸ ਤਰ੍ਹਾਂ ਦੀ ਇੱਕ ਬੋਡੀ ਆ ਤਾਂ ਹੁਣ ਕੀ ਆ ਕਿ ਇਹ ਜਿਹੜੇ ਸਟੇਸ਼ਨ ਆ ਮੇਰੇ ਖਿਆਲ ਦੇ ਨਾਲ 4-5 ਜਿਹਦੇ 'ਚ ਦਿੱਲੀ ਵਾਲਾ ਵੀ ਆ ਮੁੰਬਈ ਵਾਲਾ ਵੀ ਆ ਇੱਕ ਸ਼ਾਇਦ ਹੋਰ ਹੈ ਅਤੇ ਇੱਕ ਅੰਮ੍ਰਿਤਸਰ ਵਾਲਾ ਇਹ ਜਾ ਰਿਹਾ ਸਭ ਤੋਂ ਪਹਿਲਾਂ PPP ਮਾਡਲ ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹਦੇ 'ਚ ਸਰਕਾਰ ਦਾ ਵੀ ਹਿੱਸਾ ਹੋਊਗਾ ਪ੍ਰਾਈਵੇਟ ਪਲੇਅਰਾਂ ਦਾ ਵੀ ਹਿੱਸਾ ਹੋਊਗਾ ਤੇ ਬਾਕੀ ਪਾਰਟਨਰਸ਼ਿਪ ਜਿਹੜੀ ਉਹ ਤਾਂ ਫਿਰ ਹੁਣੇ ਜਦੋਂ ਹਿੱਸਾ ਹੀ ਹੋ ਗਿਆ ਸੋ ਇਸ ਤਰ੍ਹਾਂ ਦਾ ਇੱਕ ਮਾਡਲ ਲੈ ਕੇ ਆ ਰਹੇ ਆ ਬਹੁਤ ਜਲਦੀ ਦੱਸਦੇ ਆ ਕਿ ਮਾਰਚ ਦੇ ਵਿੱਚ ਇਹ ਰੇਲਵੇ ਸਟੇਸ਼ਨ ਹੈ ਜਿਹੜਾ ਉਹ ਨਿੱਜੀ ਪਲੇਅਰਾਂ ਨੂੰ ਹੈਂਡ ਓਵਰ ਕਰ ਦਿੱਤਾ ਜਾਊਗਾ ਔਰ ਮੈਂ ਤੇ ਇੱਕ ਚੀਜ਼ ਹੋਰ ਵੀ ਆਪਣੇ ਇੱਕ ਮਿੱਤਰ ਤੋਂ ਅੱਜ ਮੈਂ ਸੁਣ ਰਿਹਾ ਸੀਗਾ ਜਦੋਂ ਮੈਨੂੰ ਇਹ ਖਬਰ ਮਿਲੀ ਤਾਂ ਮੈਂ ਉਹਦੇ ਨਾਲ ਸੰਪਰਕ ਕੀਤਾ ਅੰਮ੍ਰਿਤਸਰ ਦੇ ਵਿੱਚ ਉਹ ਕਹਿੰਦਾ ਕਿ ਗੋਲਬਾਗ ਸਾਈਡ ਤੇ ਜੋ ਦੁਕਾਨਾਂ ਸੀਗੀਆਂ
ਮਤਲਬ ਕਿ ਜੋ ਬਕਾਇਦਾ ਟੈਕਸ ਵਗੈਰਾ ਵੀ ਦਿੰਦੀਆਂ ਸੀ ਨਿਗਮ ਨੂੰ, ਉਹ 50 ਦੇ ਕਰੀਬ ਦੁਕਾਨਾਂ ਖਾਲੀ ਕਰਵਾਈਆਂ ਜਾ ਰਹੀਆਂ ਰੇਲਵੇ ਵੱਲੋਂ। ਕਮਾਲ ਦੀ ਗੱਲ ਇਹ ਆ ਜੋ ਨਿਗਮ ਨੂੰ ਟੈਕਸ ਦਿੰਦੀਆਂ। ਤਾਂ ਮੇਰਾ ਉੱਥੋਂ ਮੱਥਾ ਥੋੜਾ ਜਿਹਾ ਠਣਕਿਆ ਕਿ ਜਿੱਦਾਂ ਹੁਣ ਅਸੀਂ ਏਅਰਪੋਰਟ ਵੇਖੇ ਆ ਜਿਹੜੇ ਅਡਾਨੀ ਗਰੁੱਪ ਨੇ ਲਏ ਵੱਡੇ ਏਅਰਪੋਰਟ, ਤਾਂ ਉਹਦੇ ਵਿੱਚ ਕੀ ਆ ਕਿ ਜੇ ਤੁਸੀਂ ਉਹ ਸਮਝੋਗੇ, ਹਾਲਾਂਕਿ ਹੁਣੇ ਨਹੀਂ ਉਹ ਸਾਰੀਆਂ ਚੀਜ਼ਾਂ, ਜੇ ਤੁਸੀਂ ਉਹਨਾਂ ਦਾ ਤੁਸੀਂ ਇੱਕ ਦੇਖੋ ਕਿ ਯੋਜਨਾਬੰਦੀ ਵਾਲਾ ਤਰੀਕਾ ਕਿ ਉਹ ਕਿਸ ਤਰ੍ਹਾਂ ਸੋਚਦੇ ਆ। ਉਹਨਾਂ ਦਾ ਇਹ ਨਹੀਂ ਹੈ ਕਿ ਮੁਸਾਫਰ ਕਿੰਨੇ ਆਉਂਦੇ ਆ, ਉਹ ਤਾਂ ਸਾਰਾ ਹਿਸਾਬ ਕਿਤਾਬ ਹੋ ਹੀ ਗਿਆ, ਕਿੰਨਾ ਉਹ ਜੋ ਯੂਜਰ ਟੈਕਸ ਲੈਂਦੇ ਆ ਉਹ ਤਾਂ ਲੈਣਾ ਹੀ ਲੈਣਾ ਉਹਨਾਂ ਨੇ, ਸਰਕਾਰ ਨੂੰ ਕਿੰਨਾ ਦੇਣਾ ਉਹ ਤਾਂ ਸਭ ਕੁਛ ਹੈ। ਪਲੱਸ ਉਹ ਕੀ ਕਰਦੇ ਆ ਕਿ ਵਿੱਚੇ ਪਾਰਕਿੰਗ ਹੋਵੇ, ਸ਼ਾਪਿੰਗ ਮਾਲ ਵਗੈਰਾ ਵਗੈਰਾ, ਕਿ ਉਹ ਕੀਨੇ ਬਣਾ ਕੇ ਅੱਗੇ ਕਿੰਨੀ ਕਮਾਈ ਹੋਰ ਕੀਤੀ ਜਾ ਸਕਦੀ ਹੈ। ਮਤਲਬ ਅਸੀਂ ਜੋ ਦੇਖਿਆ, ਮੈਂ ਜੋ ਇਹਨਾਂ ਚੀਜ਼ਾਂ ਨੂੰ ਨੇੜੇ ਤੋਂ ਸਮਝਿਆ, ਉਹ ਇਹੀ ਹੈ ਕਿ ਪ੍ਰਾਈਵੇਟ ਪਲੇਅਰ ਸਿਰਫ ਉੱਥੋਂ ਤੱਕ ਮਹਦੂਦ ਨਹੀਂ ਹੈ। ਇੱਕ ਰੇਲਵੇ ਸਟੇਸ਼ਨ ਅੰਦਰ ਦੀ ਕਮਾਈ ਤਾਂ ਸਾਰੀ ਪਤਾ ਹੀ ਹੈ, ਪਰ ਨਕਲਾ ਬਾਹਰ ਵੀ ਹੈ ਕਿ ਬਾਹਰ ਜਿਹੜੀ ਜਗ੍ਹਾ ਹੈ, ਜਿਵੇਂ ਹੁਣ ਮੈਂ ਤੁਹਾਨੂੰ ਕਿਹਾ ਕਿ ਰੇਲਵੇ ਦੀ ਲੈਂਡ ਡਿਵੈਲਪਮੈਂਟ ਇੱਕ ਬੋਡੀ ਹੈ, ਤਾਂ ਉਹ ਵੀ ਇਸ ਤਰ੍ਹਾਂ ਦੁਕਾਨਾਂ ਖਾਲੀ ਕਰਵਾ ਰਹੀ ਹੈ। ਤਾਂ ਮਤਲਬ ਕੀ ਹੈ ਕਿ ਜਿਹੜੇ ਅੱਛੇ ਰੇਲਵੇ ਸਟੇਸ਼ਨ ਹੈ ਦੇਸ਼ ਦੇ, ਭੀੜ ਭੜੱਕੇ ਵਾਲੇ, ਜਿਹਨਾਂ ਦੀ ਆਮਦਨ ਬਹੁਤ ਜ਼ਿਆਦਾ ਹੋ ਸਕਦੀ ਹੈ ਔਰ ਜਿਹਨਾਂ ਦੀ ਆਮਦ ਵੀ ਬਹੁਤ ਹੋਏਗੀ, ਉਹਨਾਂ ਦੇ ਬਾਹਰ ਜਿੱਦਾਂ ਹੁਣ ਮੈਨੂੰ ਤੇ ਨਾਂ ਨਹੀਂ ਆਉਂਦਾ, ਕੈਫੇ ਹੁੰਦੇ ਆ ਜਿੱਦਾਂ, ਜਾਂ ਸਟੋਰ ਵੱਡੇ ਵੱਡੇ, ਜਾਂ ਜਿੱਦਾਂ ਮਾਲ ਹੁੰਦੇ ਆ ਇਹ, ਜਾਂ ਹੋਟਲ ਵਗੈਰਾ, ਇਹਨਾਂ ਦਾ ਨਿਰਮਾਣ ਵੀ ਇਹ ਪ੍ਰਾਈਵੇਟ ਪਲੇਅਰ ਕਰਵਾਉਣਗੇ। ਬਿਲਕੁਲ, ਛੱਡਣਾ ਕੱਖ ਨਹੀਂ ਜੀ, ਵੇਚ ਦੇਣਾ ਉਹਨਾਂ ਨੇ ਇਕੱਲੀ ਇਕੱਲੀ ਚੀਜ਼ ਜਿਹੜੀ ਆ। ਜਾਂਦੇ ਜਾਂਦੇ ਗੱਲ ਕਰ ਲਈਏ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ ਨਵੇਂ ਆਦੇਸ਼ ਜਾਰੀ ਕੀਤੇ। ਦੇਖੋ ਹੁਣ ਕਰੋਨਾ ਫਿਰ ਆ ਗਿਆ, ਦੇਖੋ ਕਮਾਲ ਦੀ ਗੱਲ ਆ ਕਿ ਠੀਕ ਹੈ ਦੁਨੀਆ ਦੇ ਵਿੱਚ ਡਰ ਪਿਆ ਹੈ, ਤੁਹਾਡੇ ਅਮਰੀਕਾ ਦੇ ਵਿੱਚ ਤੇ ਕਰੋਨਾ ਦਾ ਡਰ ਮੈਨੂੰ ਤਾਂ ਘਟਿਆ ਨਹੀਂ ਕਿ ਘਟਿਆ, ਤੁਹਾਡੇ ਵੀ ਵਿੱਚ ਥੋੜਾ ਫਰਕ ਪਿਆ ਹੁਣ ਅੱਗੇ ਨੂੰ ਹਾਲ ਇਹ ਆ। ਅੱਛਾ ਠੀਕ ਆ, ਪਰ ਕਿਤੇ ਮੋੜ ਨਾ ਲਿਆਓ ਨਾ ਹੁਣ, ਸਾਡੇ ਵਾਲੇ ਤਾਂ ਮੋੜ ਲਿਆਉਂਦੇ ਜਦੋਂ ਜੀ ਕਰਦਾ ਕਰੋਨਾ ਨੂੰ, ਇਹਨਾਂ ਨੇ ਤੇ ਕਰੋਨਾ ਨੂੰ ਡਿਊਟੀ 14 ਟਰੈਕਟਰ ਸਮਝਿਆ, ਜਦੋਂ ਮਰਜ਼ੀ ਸਟੀਅਰਿੰਗ ਕਰਕੇ ਤੇ ਇੱਧਰ ਮੋੜ ਲਿਆ, ਫਿਰ ਜਦੋਂ ਇਲੈਕਸ਼ਨ ਉੱਧਰ ਹੋਇਆ ਤੇ ਕੱਟ ਮਾਰਦੇ ਆ ਰਾਹ ਉੱਧਰ ਦੀ, ਮੱਚ ਕੇ ਹੋਰ ਲੈ ਜਾਂਦੇ ਆ, ਤਾਂ ਇਸ ਟਾਈਮ ਬੁਰਾ ਹਾਲ ਆ। ਤਾਂ ਗੱਲ ਕੀ ਆ ਕਿ ਦੇਖੋ ਹੁਣ ਕੱਲ 400 ਮਾਮਲਾ ਸੀ, ਅੱਜ ਵੀ 450 ਮਾਮਲਾ, ਹੰਗਾਮੀ ਮੀਟਿੰਗ ਸੱਦ ਲਈ ਆ ਕੈਪਟਨ ਨੇ, ਪਾਬੰਦੀਆਂ ਲਾਤੀਆਂ, ਫਿਰ ਕਮਾਲ ਦੀ ਗੱਲ ਆ ਜਿੱਦਣ 1500-1600 ਰੋਜ਼ਾਨਾ ਦਾ ਆਉਂਦਾ ਪਿਆ ਸੀਗਾ ਕੇਸ, ਉਦਣ ਤੇ ਹਿੰਦੁਸਤਾਨ ਟਰੈਕਟਰ ਤੇ ਪੋਲੀਆਂ ਗੱਡੀਆਂ ਤੇ ਬਹਿ ਕੇ ਸੜਕਾਂ ਛਾਣਦੇ ਫਿਰਦੇ ਸੀਗੇ। ਆ ਹੁਣ ਥੋੜੇ ਦਿਨ ਪਹਿਲਾਂ ਇਲੈਕਸ਼ਨ 'ਚ ਵੋਟਾਂ ਪਵਾ ਕੇ ਹਟੇ ਆ, ਸ਼ਹਿਰੀਆਂ ਨੂੰ ਲਾਈਨਾਂ ਦੇ ਵਿੱਚ ਲਾਇਆ ਸੀ, ਕਿਹੜੇ ਉੱਥੇ ਮਾਸਕ ਸੀਗੇ, ਬੰਗਾਲ ਦੇ ਵਿੱਚ ਰੈਲੀਆਂ ਹੋਣ ਡਈਆਂ, ਹੋਰ 4 ਸਟੇਟਾਂ ਜਿਵੇਂ ਆਸਾਮ ਆ, ਤਮਿਲਨਾਡੂ, ਉੱਥੇ ਇਲੈਕਸ਼ਨ ਹੋਣਾ ਹੈ, ਉੱਥੇ ਕਰੋਨਾ ਨਹੀਂ ਜੇ ਲੱਭਣਾ ਬੈਠੇ। ਤਾਂ ਜਿਹੜੀ ਇੱਧਰੋਂ ਤੇ ਰੀਟੈਕ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਵੇਂ ਅੱਜ ਇਹਨਾਂ ਨੇ ਕੁਛ ਸ਼ਰਤਾਂ ਰੱਖ ਦਿੱਤੀਆਂ, ਗੜਾ ਦਿੱਤੀਆਂ, ਉਹਦੇ ਵਿੱਚ ਇਹ ਆ ਕਿ ਜੇ ਕੋਈ ਇਨਡੋਰ ਸਮਾਗਮ ਆ ਉਹਦੇ ਵਿੱਚ 100 ਹੀ ਗੈਸਟ ਆਊਗਾ ਜਾਂ 100 ਹੀ ਦਾ ਹੀ ਇਕੱਠ ਹੋਊਗਾ, ਜੇ ਆਊਟਡੋਰ ਆ ਤਾਂ 200 ਹੋਊਗਾ ਮਹਿਮਾਨ। ਤੇ ਇਹਦਾ ਮਤਲਬ ਇਹੋ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਗਮ ਜਿਹੜੇ ਆ ਉਹ ਚਾਹੇ ਰਾਜਸੀ ਹੋਣ, ਸਮਾਜਿਕ ਹੋਣ, ਇਕੱਠਾਂ ਤੇ ਪਾਬੰਦੀ ਹੋਏਗੀ, ਇਸ ਚੀਜ਼ ਨੂੰ ਨੋਟ ਕਰੋ। ਰਾਤ ਦਾ ਕਰਫਿਊ ਲਾਉਣ ਦਾ ਵੀ ਇਹਨਾਂ ਨੇ ਅਖਤਿਆਰ ਹੈ ਜਿਹੜਾ ਉਹ ਦੇ ਦਿੱਤਾ ਮੇਰੇ ਖਿਆਲ ਦੇ ਨਾਲ, ਕਿ ਨਾਈਟ ਕਰਫਿਊ ਵੀ ਲਾ ਸਕਦੇ ਆ ਜੇ ਮੰਨ ਲਓ ਡਿਪਟੀ ਕਮਿਸ਼ਨਰਾਂ ਨੂੰ ਲੱਗਦਾ ਹੈ ਲੋੜ ਦੇ ਮੁਤਾਬਕ। ਤਾਂ ਜਿਹੜੀ ਪੁਲਿਸ ਆ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਮਾਸਕ ਤੋਂ ਬਿਨਾਂ ਵਾਲਿਆਂ ਤੋਂ ਪੈਸੇ ਵਸੂਲ ਕਰੋ, ਤਾਂ ਵਸੂਲੀ ਵੀ ਸ਼ੁਰੂ ਹੋ ਜਾਏਗੀ। ਬਾਕੀ ਕਹਿੰਦੇ ਆ ਕਿ ਸਿਨੇਮਾ ਹਾਲਾਂ 'ਚ ਕੀ ਕਰਨਾ ਹੈ ਤੇ ਸਕੂਲਾਂ ਦਾ ਕੀ ਕਰਨਾ ਹੈ, ਉਹ 1 ਮਾਰਚ ਤੋਂ ਬਾਅਦ ਫੈਸਲਾ ਲਿਆ ਜਾਊਗਾ। ਤਾਂ ਮੇਰਾ ਮਤਲਬ ਤਾਂ ਇਹੋ ਆ ਕਿ ਭਾਈ ਜੋ ਕਰੋਨਾ ਸਾਡੇ ਤਾਂ ਇੱਥੇ ਪੂਰਾ ਸਸਪੈਕਟਡ ਆ, ਮਤਲਬ ਕਿ ਜਦੋਂ ਚਾਹੁਣ ਉਹ ਹਥਿਆਰ ਵਜੋਂ ਵਰਤ ਸਕਦੇ ਆ। ਬਾਕੀ ਸਿੱਧਾ ਸਿੰਪਲ ਫੰਡਾ ਹੈ ਇੱਥੇ, ਜੋ ਅਸੀਂ ਇੱਥੋਂ ਦੀ ਕੱਢੀ ਆ 4-5 ਮਹੀਨਿਆਂ ਦੀ ਕਹਿ ਲਓ ਕਿ ਰੇਟਿੰਗ ਕੱਢੀ ਆ ਜਾਂ ਰੈਸ਼ੋ ਕੱਢੀ ਆ ਜਾਂ ਇਹਦੇ ਵਿੱਚੋਂ ਸਿੱਟੇਬਾਜ਼ੀ ਕੱਢੀ ਆ, ਉਹ ਇਹੋ ਹੀ ਆ ਕਿ 100 ਬੰਦਾ ਬਿਮਾਰ ਹੁੰਦਾ, ਜਿੰਨੀ ਟੈਸਟਿੰਗ ਵਧਾਈ ਜਾਓਗੇ ਉਨਾ ਹੀ ਇਹ ਫਿਗਰ ਵਧਣਾ, ਉਹਦੇ 'ਚੋਂ ਕਰ ਕਰਾ ਕੇ 1-2 ਬੰਦਿਆਂ ਨੇ ਮਰਨਾ ਹੀ ਮਰਨਾ, 1-2 ਬੰਦਿਆਂ ਨੇ ਮਰਨਾ ਹੀ ਮਰਨਾ। ਮਤਲਬ ਕਿ ਆਹ ਇੱਕ ਸਿੱਟ ਹੈ, ਪਰ ਇਹਨੂੰ ਡਰਾਵੇ ਦੇ ਰੂਪ ਦੇ ਵਿੱਚ ਜਦੋਂ ਮਰਜ਼ੀ ਇਸਤੇਮਾਲ ਕਰ ਲਓ। ਹੁਣ ਦਿੱਲੀ ਵੀ ਕੀਤਾ ਜਾਊ, ਮੇਰੇ ਖਿਆਲ ਦੇ ਨਾਲ ਪੰਜਾਬ 'ਚ ਵੀ ਕੀਤਾ ਜਾਊ, ਇਹ 2 ਥਾਵਾਂ 'ਤੇ ਜਿਸ ਤਰ੍ਹਾਂ ਕੰਮ ਚੱਲਦਾ ਪਿਆ। ਕੈਪਟਨ ਅਮਰਿੰਦਰ ਸਿੰਘ ਨੇ ਪਿੱਛੇ ਜੇ ਸਲਾਹ ਦਿੱਤੀ ਸੀ ਕਿ ਆਹ 2-2.5 ਸਾਲ ਵਾਲਾ ਕਾਨੂੰਨ ਜਿਹੜਾ ਹੋਲਡ ਕਰਨ ਵਾਲਾ ਫਾਰਮੂਲਾ ਮੰਨ ਲਓ, ਵਿਚਾਰ ਜਿਹੜਾ ਰਸਤਾ ਕੱਢ ਲਓ,
ਉਦੋਂ ਤਾਂ ਲਾਂਗੜ ਖਿੱਚ ਕੇ ਮਗਰ ਪੈ ਗਏ ਲੋਕ, ਉਹ ਤਾਂ ਮਾਮਲਾ ਨਹੀਂ ਚੱਲਿਆ, ਹੁਣ ਦੂਸਰਾ ਖਿੱਚ ਲੈਂਦਾ ਕਰੋਨਾ। ਜੀ, ਅਤੇ ਮਿੰਟੂ ਜੀ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਮਿਹਰਬਾਨੀ ਜੀ। ਮਿਲਦੇ ਹਾਂ ਕੱਲ੍ਹ ਨੂੰ ਜੀ, ਸਤਿ ਸ਼੍ਰੀ ਅਕਾਲ। ਜੀ ਅਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ, ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।